ਤੁਹਾਡੀ ਇੱਕ ਵੀਡੀਓ ਬਹੁਤ ਜ਼ਿਆਦਾ ਤੁਹਾਡਾ ਲਾਈਵ ਜਿਹੜਾ ਵਾਇਰਲ ਹੋਇਆ ਫੇਸਬੁੱਕ ਵਾਲਾ ਕਾਫੀ ਉਸ ਤੱਤੇ ਰੌਂ ਦੇ ਵਿੱਚ ਹੋ ਤੁਸੀਂ ਐਕਚੁਅਲੀ ਮੇਰਾ ਨਾ ਜਿਵੇਂ ਮੈਨੂੰ ਇਹ ਲੱਗਦਾ ਕਿ ਐਪਰੀਸੀਏਸ਼ਨ ਮਿਲਦੀ ਮਿਲਣੀ ਚਾਹੀਦੀ ਆ ਜੋ ਕੰਮ ਮੈਂ ਕੀਤਾ ਉਹਦੇ ਲਈ ਮੈਨੂੰ ਇਹ ਲੱਗਿਆ ਕਿ ਜਿਵੇਂ ਮੇਰਾ ਵਿਰੋਧ ਕਰ ਰਹੇ ਆ ਮੇਰੇ ਆਪਦੇ ਲੋਕ ਕੀ ਲੱਗਦਾ ਕਿਸ ਗੱਲੋਂ ਵਿਰੋਧ ਕੀਤਾ ਗਿਆ ਚਮਕੀਲਾ ਫਿਲਮ ਕਰ ਲਈ ਤਾਂ ਕਰਕੇ ਹਾਂ ਇਹ ਗਲਤੀ ਹੋ ਗਈ ਤੁਹਾਡੇ ਨਾਲ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਮਤਲਬ ਮੈਨੂੰ ਤਾਂ ਮੇਰੀ ਅਚੀਵਮੈਂਟ ਲੱਗਦੀ ਹੈ ਇੱਕ ਐਕਟਰ ਲਈ ਅਚੀਵਮੈਂਟ ਹੈ ਐਡੇ ਵੱਡੇ ਪਲੈਟਫਾਰਮ ਤੇ ਤੁਸੀਂ ਕੰਮ ਕਰਕੇ ਆਏ ਹੋ ਐਡੇ ਵੱਡੇ ਡਾਇਰੈਕਟਰ ਨਾਲ ਕੰਮ ਕੀਤਾ ਇਹ ਉਹਨਾਂ ਦੀ ਪ੍ਰੋਬਲਮ ਆ ਜਿਹੜੇ ਅਸੀਂ ਸੋਚਦੇ ਆ ਪਰ ਹਰਟ ਤਾਂ ਹੁੰਦਾ ਨਾ ਜਦੋਂ ਤੁਹਾਡੇ ਆਪਦੇ ਲੋਕ ਜਿਸ ਵੇਲੇ ਤੁਹਾਨੂੰ ਐਂ ਲੱਗਦਾ ਕਿ ਉਹ ਤੁਹਾਡੀ ਹੌਸਲਾ ਅਫਜ਼ਾਈ ਕਰਨ ਜਾਂ ਕਰਨਗੇ ਤੇ ਉਸ ਵੇਲੇ ਉਹ ਤੁਹਾਡੇ ਖਿਲਾਫ ਭੁਗਤਣ ਚਮਕੀਲੇ ਦੇ ਤੁਸੀਂ ਪਹਿਲਾਂ ਕਦੀ ਗਾਣੇ ਸੁਣੇ ਬਸ ਇੰਨਾ ਕੁ ਮੈਨੂੰ ਪਤਾ ਵੀ ਹਾਂ ਗਾਣੇ ਆ ਤੇ ਇਹ ਨਹੀਂ ਮੈਨੂੰ ਪਤਾ ਜ਼ਿਆਦਾ ਨਹੀਂ ਮੈਂ ਸੁਣਿਆ ਜਿਸ ਤਰ੍ਹਾਂ ਤੁਹਾਨੂੰ ਇਸ ਫਿਲਮ ਦੀ ਆਫਰ ਆਈ ਚਮਕੀਲੇ ਦੇ ਨਾਂ ਤੋਂ ਹਾਂ ਕੀਤੀ ਜਾਂ ਐਡਾ ਵੱਡਾ ਡਾਇਰੈਕਟਰ ਸੀਗਾ ਤਾਂ ਹਾਂ ਕੀਤੀ ਸੱਤ ਅੱਠ ਆਡੀਸ਼ਨਸ ਦਿੱਤੇ ਇਸ ਫਿਲਮ ਨੂੰ ਮਹੀਨੇ ਮਹੀਨੇ ਬਾਅਦ ਡੇਢ ਡੇਢ ਮਹੀਨੇ ਬਾਅਦ ਦੇ ਗੈਪ ਤੇ ਅੱਛਾ ਜਦੋਂ ਮੈਂ ਬਹਿ ਜਾਂਦੀ ਸੀ ਵੀ ਠੀਕ ਹੈ ਕੋਈ ਕਾਲ ਨਹੀਂ ਆਈ ਕੁਛ ਨਹੀਂ ਹੋਣਾ ਤੇ ਅਚਾਨਕ ਫੇਰ ਕਾਲ ਆ ਜਾਂਦੀ ਸੀ ਨਹੀਂ ਇਸ ਕੋ ਥੋੜ੍ਹਾ ਸਾ ਐਸੇ ਕਰਕੇ ਭੇਜੀਏ ਇਸ ਮੈਂ ਥੋੜ੍ਹੀ ਥੋੜ੍ਹਾ ਸਾ ਔਰ ਇਮੋਸ਼ਨ ਲਾਈਏ ਅਬ ਥੋੜ੍ਹਾ ਸਾ ਇਮੋਸ਼ਨ ਕਮ ਕਰ ਦੀਜੀਏ ਐਂ ਥੋੜ੍ਹਾ 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 ਕਰਕੇ ਨਾ ਮੈਂ ਇਸ ਤਰੀਕੇ ਨਾਲ ਆਡੀਸ਼ਨ ਦਿੱਤੇ ਜਿੰਨਾ ਕੁ ਤੁਹਾਡਾ ਦਲਜੀਤ ਦੇ ਨਾਲ ਕਰੈਕਟਰ ਹੈ ਜਾਂ ਜਿੰਨੀ ਕੁ ਤੁਸੀਂ ਫਿਲਮ ਉਸਦੇ ਵਿੱਚ ਦਿਸਦੇ ਹੋ ਕੀ ਲੱਗਾ ਕਿ ਵਾਕਈ ਉਹ ਬੰਦਾ ਗੰਦੇ ਗਾਣੇ ਇੰਨੇ ਜ਼ਿਆਦਾ ਗਾਉਂਦਾ ਸੀਗਾ ਜਾਂ ਉਹਦੀ ਲਾਈਫ ਹੋਰ ਤਰੀਕੇ ਦੀ ਸੀਗੀ ਇੰਨਾ ਕੁ ਜ਼ਰੂਰ ਕਹਿਣਾ ਚਾਹੂੰਗੀ ਕਿ ਜੇ ਕੋਈ ਸੁਣਦਾ ਤਾਂ ਕੋਈ ਗਾਉਂਦਾ ਹੈ ਨਾ ਕਿਉਂ ਜੇ ਕੋਈ ਸੁਣ ਹੀ ਨਹੀਂ ਰਿਹਾ ਹੋਊਗਾ ਕੋਈ ਕਿਉਂ ਗਾਊਗਾ ਗਾਣਾ ਫਿਲਮ ਦਾ ਰਿਲੀਜ਼ ਹੋਇਆ ਨਰਮ ਖਾਲ ਜਾ ਉਹ ਸਾਫ਼ ਪਤਾ ਲੱਗਦਾ ਕਿ ਫੀਮੇਲਸ ਵੀ ਸੁਣਦੀਆਂ ਸੀ ਤੁਹਾਡੇ ਲਾਈਵ ਦੇ ਵਿੱਚ ਕੱਲ੍ਹ ਇੱਕ ਬਾਰ ਬਾਰ ਜਿਹੜਾ ਨਾਮ ਆ ਰਿਹਾ ਸੀ ਦੀਪ ਸਿੱਧੂ ਦੀ ਭੈਣ ਹੈ ਇਹ ਬਹੁਤ ਤੁਹਾਨੂੰ ਜ਼ਿਆਦਾ ਕੋਟ ਕੀਤਾ ਤੁਹਾਨੂੰ ਕਿਹਾ ਜਾ ਰਿਹਾ ਸੀਗਾ ਹੋਰ ਗੱਲ ਕਰਦੇ ਦੀਪ ਨੂੰ ਪਤਾ ਸੀ ਕਿ ਮੈਨੂੰ ਇਹ ਆਫਰ ਆਈ ਹੈ ਸਿਲੈਕਸ਼ਨ ਨਹੀਂ ਸੀ ਹੋਈ ਕੁਛ ਨਹੀਂ ਸੀ ਹੋਇਆ ਤੁਸੀਂ ਸੋਚੋ ਕਿ ਕਿੰਨਾ ਮਤਲਬ 2 ਸਾਲ ਪਹਿਲਾਂ ਦੀ ਗੱਲ ਯੈਸ ਕਿੰਨਾ ਪੁਰਾਣਾ ਹੈ ਨਾ ਤੇ ਉਹ ਤਾਂ ਖੁਸ਼ ਸੀ ਕਿ ਹਾਂ ਵਧੀਆ ਮਿਲਣੀ ਚਾਹੀਦੀ ਹੈ ਤੂੰ ਡਿਜ਼ਰਵ ਕਰਦੀ ਹੈ ਹਾਂ ਬਿਲਕੁਲ ਕਿ ਤੂੰ ਡਿਜ਼ਰਵ ਕਰਦੀ ਹੈ ਉਹ ਤਾਂ ਕੰਮ ਤੋਂ ਮੇਰੇ ਤੋਂ ਹਮੇਸ਼ਾ ਖੁਸ਼ ਹੁੰਦਾ ਸੀ ਜੇ ਤੁਸੀਂ ਦੀਪ ਦਾ ਫੇਵਰ ਲੈ ਕੇ ਇਹ ਗੱਲ ਕਹਿ ਰਹੇ ਹੋ ਕਿ ਤੂੰ ਦੀਪ ਦੀ ਭੈਣ ਆ ਤਾਂ ਇਹ ਤੂੰ ਨਾ ਕਰ ਯਾ ਤੂੰ ਦੀਪ ਦੀ ਭੈਣ ਨਹੀਂ ਹੋ ਸਕਦੀ ਜੇ ਤੂੰ ਆਹ ਕੀਤਾ ਤਾਂ ਤੁਸੀਂ ਦੀਪ ਨੂੰ ਜਾਣਦੇ ਹੀ ਨਹੀਂ ਤੁਸੀਂ ਤਾਂ ਸਿਰਫ ਡੇਢ ਸਾਲ ਇੱਥੇ ਜਿਹੜਾ ਪੰਜਾਬ 'ਚ ਦੀਪ ਰਿਹਾ ਉਹਨੂੰ ਜਾਣੇ ਨਾ ਹੋ ਸਕਦਾ ਤੁਸੀਂ ਮਿਲੇ ਵੀ ਨਾ ਹੋਵੋ ਬਿਲਕੁਲ ਮੈਂ ਪੰਜਾਬ ਦੇ ਕਿਰਦਾਰ ਦਾ ਵੀ ਕਰੈਕਟਰ ਦਿੱਤਾ ਸੀ ਉਹਨਾਂ ਨੇ ਬਿਲਕੁਲ ਤੇ ਮੈਂ 7 ਸਾਲ ਰਹੀ ਅਸੀਂ ਇਕੱਠੇ ਹੀ ਹੁੰਦੇ ਸੀ ਮੁੰਬਈ ਜਾਂ ਪੰਜਾਬ ਜਾਂ ਮਿਲਦੇ ਹੀ ਰਹਿੰਦੇ ਸੀ ਦਲਜੀਤ ਦੋਸਾਂਝ ਟ੍ਰੇਲਰ ਦੀ ਰਿਲੀਜ਼ ਤੋਂ ਪਹਿਲਾਂ ਅੰਬਾਨੀਆਂ ਦੇ ਸ਼ੋਅ ਲਾ ਕੇ ਆਏ ਨੇ ਤਾਂ ਉਹਨਾਂ ਨੇ ਬੜਾ ਟ੍ਰੋਲ ਕੀਤਾ ਕਿ ਪੈਸੇ ਬਦਲੇ ਦਲਜੀਤ ਨੇ 7 ਕਰੋੜ ਸਿੱਟੇ ਐਂ ਕਰ ਲਿਆ ਓਂ ਕਰ ਲਿਆ ਅਤੇ ਉਸ ਬਾਬਤ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਦਲਜੀਤ ਦੀ ਅੰਬਾਨੀਆਂ ਦੇ ਵਿਆਹ 'ਤੇ ਗਏ ਪੱਗ ਬੰਨ ਕੇ ਤਾਂ ਦਲਜੀਤ ਇਹਨਾਂ ਦਾ ਸੀ ਕਿ ਵਾਹ 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 ਦੇਖਿਆ ਪੱਗ ਬੰਨ ਕੇ ਸਾਡਾ ਬੰਦਾ ਆਏ ਹੈ ਨਾ ਜਦੋਂ ਦਲਜੀਤ ਨੇ ਚਮਕੀਲਾ ਕਰ ਲਈ ਇਹਨੇ ਤਾਂ ਵਾਲ ਕਟਾ ਤੇ ਪੈਸੇ ਇਹ ਕਿਸੇ ਦੇ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਮਰ ਸਿੰਘ ਚਮਕੀਲਾ ਦਲਜੀਤ ਅਤੇ ਪਰਿਣੀਤੀ ਸਟਾਰਰ ਇਹ ਫਿਲਮ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਕਲਾਕਾਰਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚੋਂ ਨਿਸ਼ਾ ਬਾਨੋ ਕੁਲ ਸਿੱਧੂ ਇਹ ਦੋ ਨਾਮ ਅੱਗੇ ਆ ਰਹੇ ਨੇ ਕੁਲ ਸਿੱਧੂ ਨੇ ਚਮਕੀਲਾ ਜੀ ਦੀ ਪਹਿਲੀ ਪਤਨੀ ਦਾ ਜਿਹੜਾ ਕਿਰਦਾਰ ਕੀਤਾ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਬਤ ਅਤੇ ਇਸ ਫਿਲਮ ਦੇ ਬਾਬਤ ਸਵਾਗਤ ਕਰਦੇ ਹਾਂ ਕੁਲ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਕਿਵੇਂ ਹੋ ਵਧੀਆ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਵਧੀਆ ਪਰ ਕੱਲ੍ਹ ਲੱਗ ਤਾਂ ਨਹੀਂ ਰਿਹਾ ਸੀ ਜਿਸ ਤਰ੍ਹਾਂ ਤੁਹਾਡੀ ਇੱਕ ਵੀਡੀਓ ਬਹੁਤ ਜ਼ਿਆਦਾ ਤੁਹਾਡਾ ਲਾਈਵ ਜਿਹੜਾ ਵਾਇਰਲ ਹੋਇਆ ਫੇਸਬੁੱਕ ਵਾਲਾ ਤੇ ਕਾਫੀ ਉਸ ਤੱਤੇ ਰੌਂ ਦੇ ਵਿੱਚ ਤੁਸੀਂ ਡਿਸਟਰਬ ਸੀ ਮੈਂ ਬਹੁਤ ਤੇ ਜਦੋਂ ਤੁਸੀਂ ਆਏ ਹੁੰਦੇ ਹੋ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਕਰ ਦਿੰਦੇ ਹੋ ਪਰ ਗੱਲ ਹੋਈ ਕੀ ਸੀ ਅਸਲ ਦੇ ਵਿੱਚ ਐਕਚੁਅਲੀ ਮੇਰਾ ਨਾ ਜਿਵੇਂ ਮੈਨੂੰ ਇਹ ਲੱਗਦਾ ਕਿ ਐਪਰੀਸੀਏਸ਼ਨ ਮਿਲਦੀ ਮਿਲਣੀ ਚਾਹੀਦੀ ਆ ਜੋ ਕੰਮ ਮੈਂ ਕੀਤਾ ਉਹਦੇ ਲਈ ਮੈਨੂੰ ਇਹ ਲੱਗਿਆ ਕਿ ਜਿਵੇਂ ਮੇਰਾ ਵਿਰੋਧ ਕਰ ਰਹੇ ਆ ਮੇਰੇ ਆਪਦੇ ਲੋਕ ਤੇ ਫਿਰ ਮੈਨੂੰ ਗੁੱਸਾ ਆਇਆ ਕੀ ਲੱਗਦਾ ਕਿਸ ਗੱਲੋਂ ਵਿਰੋਧ ਕੀਤਾ ਗਿਆ ਚਮਕੀਲਾ ਫਿਲਮ ਕਰ ਲਈ ਤਾਂ ਕਰਕੇ ਹਾਂ ਇਹ ਗਲਤੀ ਹੋ ਗਈ ਤੁਹਾਡੇ ਨਾਲ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਮਤਲਬ ਮੈਨੂੰ ਤਾਂ ਮੇਰੀ ਅਚੀਵਮੈਂਟ ਲੱਗਦੀ ਹੈ
एक एक्टर लई अचीवमेंट है, एडे वड्डे प्लेटफॉर्म ते तुसीं काम करके आए हो, एडे वड्डे डायरेक्टर नाल काम कीता, ते ए उन्हां दी प्रॉब्लम आ जिहड़े आए सोचदे आ। पर हर्ट तां हुंदा ना जदों तुहाडे आप दे लोग जिस वेले तुहानूं ऐ लगदा कि उह तुहाडी हौसला अफजाई करन या करनगे, ते उस वेले उह तुहाडे खिलाफ भुगतन, ते दिल तां टुटदा ही आ। पर तुहाडा 15 साल दा करियर आ जी, 15 सालां दे विच जे असीं पोटियां ते गिणियां ते तुसीं गिण चुण के 15 कह लो कि प्रोजेक्ट किए होने, आप पोटियां गिण सकते, उंगलों से गिण सकते, पर इन 15 सालों के कभी भी कुल सिद्धू ने इदा गुस्से के नहीं देखा जिस तरह कल से। यदा पूरी तरह दसो कि होया की सीगा, क्यों लोग तुहाडे विरोध में होए सीगे? मेरा ना नेचर नहीं आए ना, मैं कॉन्ट्रोवर्सी करन लई होई आ, ना ही मैं चाहती सी मैं लाइव होवां ते इंटरव्यू करिए ते आ गल होवे, है ना। मेरी मेरा सुभा नहीं, मेरा सुभा है मैं आपदा काम करदी हां ते बस आपदे घरे आ जानी हां। बस मैनू लगदा जिहड़ा मैं काम कीता बस ओह एप्रीशिएट हो गया तां मेरे लई सब कुछ है, मतलब काम दे नाल ही मतलब। हां बिल्कुल। ते पर मैनू, मैं जदों आपदी पोस्ट पाई फिल्म दी ते उदों ना उहदे थले बहुत सारे कमेंट्स ऐसे आए, पैसे पिछे जमीर बेचती, ਉਹ ਤਾਂ ਗੰਦੇ ਗਾਣੇ ਗਾਉਂਦਾ ਸੀ, ਤੇ ਕਿਉਂ ਫਿਲਮ ਤੁਸੀਂ ਕੀਤੀ। ਮੈਂ ਹਰਟ ਹੋਈ, ਮੈਨੂੰ ਬਹੁਤ ਬੁਰਾ ਲੱਗਿਆ। ਫਿਲਮ ਦੇਖਿਆ ਜਾਵੇ ਤਾਂ ਤੁਸੀਂ ਵੀ ਦੇਖੋ, ਫਿਲਮ ਕੱਲੀ ਮੈਂ ਨਹੀਂ ਕੀਤੀ, ਹੋਰ ਵੀ ਆਰਟਿਸਟ ਨੇ, ਬਿਲਕੁਲ, ਕੁੜੀਆਂ ਵੀ ਨੇ, ਹੈਨਾ, ਪੰਜਾਬ ਤੋਂ ਹੀ। ਮੇਰਾ ਵਿਰੋਧ ਕਿਉਂ ਹੋ ਰਿਹਾ ਮੈਨੂੰ ਨਹੀਂ ਪਤਾ, ਉਹ ਮੇਰਾ ਦਿਲ ਦੁਖਿਆ। ਮੈਨੂੰ ਲੱਗਿਆ ਕਿ ਮੈਨੂੰ ਮੇਰੀ ਗੱਲ ਕਹਿ ਦੇਣੀ ਚਾਹੀਦੀ ਆ, ਕਿ ਮੈਂ ਜੇ ਉਹ ਮੇਰੇ ਤੋਂ ਦੁਖੀ ਨੇ, ਮੈਨੂੰ ਕਹਿੰਦੇ ਨੇ, ਤਾਂ ਮੇਰਾ ਵੀ ਤਾਂ ਫਿਰ ਫਰਜ਼ ਬਣਦਾ ਨਾ ਕਿ ਭਾਈ ਮੈਂ ਵੀ ਤੁਹਾਡੇ ਤੋਂ ਅਪਸੈਟ ਹਾਂ, ਤੁਸੀਂ ਵੀ ਮੈਨੂੰ ਤੰਗ ਕੀਤਾ, ਮੈਨੂੰ ਹਰਟ ਕੀਤਾ, ਤੇ ਮੈਂ ਉਹ ਕੀਤਾ। ਚਮਕੀਲੇ ਦੇ ਤੁਸੀਂ ਪਹਿਲਾਂ ਕਦੀ ਗਾਣੇ ਸੁਣੇ? ਨਹੀਂ ਮੈਂ ਨਹੀਂ ਸੁਣੇ, ਜਿਹੜੇ ਇੱਕ ਦੋ ਹਿੱਟ ਸੌਂਗਸ ਨੇ ਜਿਵੇਂ ਪਹਿਲੇ ਲਲਕਾਰੇ ਨਾਲ ਜੋ ਆਪਾਂ ਸੁਣ, ਬਸ ਇੰਨਾ ਕੁ ਮੈਨੂੰ ਪਤਾ ਵੀ ਹਾਂ ਗਾਣੇ ਆ, ਤੇ ਇਹ ਨਹੀਂ ਮੈਨੂੰ ਪਤਾ, ਜ਼ਿਆਦਾ ਨਹੀਂ ਮੈਂ ਸੁਣੇ। ਅੱਛਾ, ਫਿਲਮ ਪਹਿਲਾਂ ਦੱਸੋ ਵੀ ਜਿਸ ਤਰ੍ਹਾਂ ਤੁਹਾਨੂੰ ਇਸ ਫਿਲਮ ਦੀ ਆਫਰ ਆਈ, ਚਮਕੀਲੇ ਦੇ ਨਾਂ ਤੋਂ ਹਾਂ ਕੀਤੀ ਜਾਂ ਐਡਾ ਵੱਡਾ ਡਾਇਰੈਕਟਰ ਸੀਗਾ ਤਾਂ ਹਾਂ ਕੀਤੀ? ਡਾਇਰੈਕਟਰ ਓਬਵੀਅਸਲੀ, ਇਮਤਿਆਜ਼ ਅਲੀ ਬਹੁਤ ਵੱਡਾ ਨਾਂ ਹੈ, ਉਹਨਾਂ ਦੀਆਂ ਫਿਲਮਾਂ ਅਸੀਂ ਉਹਨਾਂ ਦੇ ਫੈਨ ਹਾਂ, ਰੌਕ ਸਟਾਰ, ਲਵ ਅੱਜ ਕੱਲ੍ਹ, ਤਮਾਸ਼ਾ, ਹਾਈਵੇ, ਅਤੇ ਉਹਨਾਂ ਦੀ ਫਿਲਮ ਹੈ ਮੇਰੇ ਲਈ ਇਹ ਜ਼ਿਆਦਾ ਵੱਡੀ ਗੱਲ ਸੀ ਪਹਿਲਾਂ, ਇੱਕ ਐਕਟਰ ਲਈ ਇਹੀ ਇਹੀ ਹੋਊਗੀ, ਅਤੇ ਓਬਵੀਅਸਲੀ ਮੈਂ ਹਾਂ ਕਰਨੀ ਸੀ। ਫਿਲਮ ਕੋਈ ਵੀ ਹੁੰਦੀ, ਭਾਵੇਂ ਆਹ ਫਿਲਮ ਨਾ ਹੁੰਦੀ, ਬਾਲੀਵੁੱਡ ਦੀ ਹੁੰਦੀ ਜੀ, ਭਾਵੇਂ ਕਿਸੇ ਵੀ ਪਾਸੇ ਦੀ, ਕੋਈ ਵੀ ਹੋਰ ਫਿਲਮ ਹੁੰਦੀ, ਤੇ ਜੇ ਮੈਨੂੰ ਐਂ ਹੀ ਆਉਂਦਾ ਵੀ ਹਾਂ ਇਮਤਿਆਜ਼ ਸਰ ਤੇ ਮੈਂ ਕਰਦੀ, ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹ ਚਮਕੀਲਾ ਜੀ ਦੀ ਫਿਲਮ ਸੀ ਤਾਂ ਹੀ ਮੈਂ ਕੀਤੀ, ਨਹੀਂ, ਮਤਲਬ ਮੌਕਾ ਨਹੀਂ ਖੁੱਲ੍ਹਦਾ। ਇਮਤਿਆਜ਼ ਸਰ ਦੀ ਕੋਈ ਵੀ ਫਿਲਮ ਦਾ ਆਫਰ ਆਉਂਦਾ ਮੈਂ ਨਾ ਨਹੀਂ ਸੀ ਕਰਨੀ। ਤੇ ਚੋਣ ਕਿਸ ਤਰ੍ਹਾਂ ਹੋਈ ਤੁਹਾਡੀ ਇਸ ਫਿਲਮ ਦੇ ਵਿੱਚ? ਆਡੀਸ਼ਨਸ, ਮੈਂ ਆਡੀਸ਼ਨਸ ਦਿੱਤੇ ਬਕਾਇਦਾ, ਔਰ 7-8 ਆਡੀਸ਼ਨਸ ਦਿੱਤੇ ਇਸ ਫਿਲਮ ਨੂੰ, ਮਹੀਨੇ ਮਹੀਨੇ ਬਾਅਦ, ਡੇਢ ਡੇਢ ਮਹੀਨੇ ਬਾਅਦ ਦੇ ਗੈਪ ਤੇ। ਅੱਛਾ, ਜਦੋਂ ਮੈਂ ਬਹਿ ਜਾਂਦੀ ਸੀ ਵੀ ਠੀਕ ਹੈ ਕੋਈ ਕਾਲ ਨਹੀਂ ਆਈ, ਕੁਛ ਨਹੀਂ ਹੋਣਾ, ਤੇ ਅਚਾਨਕ ਫਿਰ ਕਾਲ ਆ ਜਾਂਦੀ ਸੀ, ਨਹੀਂ ਇਸਕੋ ਥੋੜ੍ਹਾ ਸਾ ਐਸੇ ਕਰਕੇ ਭੇਜੀਏ, ਇਸਮੇ ਥੋੜ੍ਹੀ ਥੋੜ੍ਹਾ ਸਾ ਔਰ ਇਮੋਸ਼ਨ ਲਾਈਏ, ਅਬ ਥੋੜ੍ਹਾ ਸਾ ਇਮੋਸ਼ਨ ਕਮ ਕਰ ਦੀਜੀਏ, ਐਂ ਥੋੜ੍ਹਾ ਕਰਕੇ ਨਾ ਮੈਂ ਇਸ ਤਰੀਕੇ ਨਾਲ ਆਡੀਸ਼ਨ ਦਿੱਤੇ ਨੇ। ਮਤਲਬ 7-8 ਮਹੀਨੇ ਮੈਂ ਲੁਧਿਆਣੇ ਵੀ ਆਡੀਸ਼ਨ ਦੇ ਕੇ ਆਈ ਹਾਂ, ਮੈਂ ਮੋਹਾਲੀ ਵੀ ਆਡੀਸ਼ਨ ਦਿੱਤੇ, ਮੈਂ ਮੁੰਬਈ ਵੀ ਆਡੀਸ਼ਨ ਦਿੱਤੇ। ਅੱਛਾ, ਹਾਂਜੀ, 7-8 ਮਹੀਨੇ ਮਤਲਬ ਆਡੀਸ਼ਨ ਤੇ ਲੰਘ, ਮੈਂ ਆਡੀਸ਼ਨ ਲਾਏ, ਹਾਂਜੀ। ਤੇ ਫਾਈਨਲੀ ਫਿਰ ਸਿਲੈਕਸ਼ਨ ਕਿੱਦਾਂ ਹੋਈ? ਇੱਕ ਦਿਨ ਜਦੋਂ ਮੈਂ ਮੇਰੇ ਮੁੰਬਈ ਆਡੀਸ਼ਨ ਹੋਏ ਨਾ, ਜਦੋਂ ਮੈਂ ਮੁੰਬਈ ਗਈ ਵੀ ਸੀ, ਤੇ ਉਸ ਵੇਲੇ ਮੈਨੂੰ ਉਹਨਾਂ ਨੇ ਕਿਹਾ ਕਿ ਫਾਈਨਲ, ਮੈਂ ਕਿਹਾ ਫਾਈਨਲ ਦੱਸ ਦਿਓ ਕਿਉਂਕਿ ਕਦੋਂ ਦਾ ਚੱਲ ਰਿਹਾ ਹੈ ਨਾ, ਬੰਦੇ ਨੂੰ ਥੋੜ੍ਹਾ ਜਿਹਾ ਹੌਸਲਾ ਹੋ ਜਾਂਦਾ, ਜਾਂ ਬੰਦੇ ਨੂੰ ਲੱਗ ਜਾਂਦਾ ਵੀ ਠੀਕ ਹੈ ਯਾਰ ਨਹੀਂ ਹੋਇਆ, ਹੈ ਨਾ, ਇੱਕ ਆਸ ਜੀ ਰਹਿੰਦੀ ਹੈ ਨਹੀਂ ਤਾਂ। ਤੇ ਉਸ ਦਿਨ ਮੈਨੂੰ ਕਾਲ ਆ ਗਈ ਸੀ ਕਿ ਇਮਤਿਆਜ਼ ਸਰ ਆਪਸੇ ਮਿਲਣਾ ਚਾਹਤੇ ਹੈ, ਬਸ ਫਿਰ ਕੀ ਮਾਹੌਲ ਕੀ ਸੀ ਉਦੋਂ? ਸੁਪਨਾ, ਮੈਂ ਐਕਚੁਲੀ ਨਾ ਮੁੰਬਈ, ਮੈਂ ਉਸ ਵੇਲੇ ਬਿਮਾਰ ਬਹੁਤ ਸੀ, ਤੇ ਮੈਨੂੰ ਸੀਗਾ ਕਿ ਮੈਂ ਕਿਸ ਵੇਲੇ ਵਾਪਸ ਪੰਜਾਬ ਆਵਾਂ, ਤੇ ਉਧਰੋਂ ਮੈਨੂੰ ਕਾਲ ਆ ਗਈ ਕਿ ਇਮਤਿਆਜ਼ ਸਰ ਆਪਸੇ ਮਿਲਣਾ ਚਾਹਤੇ ਹੈ, ਨਾ ਤਾਂ ਮੈਂ ਪੰਜਾਬ ਆਵਾਂ ਕਿਉਂਕਿ ਮੈਂ ਬਿਮਾਰ ਸੀ, ਇੱਕ ਪਾਸੇ ਮੈਨੂੰ ਸੀ ਕਿ ਨਹੀਂ ਯਾਰ ਜੇ ਮੈਂ ਪੰਜਾਬ ਚਲੀ ਗਈ ਮੈਨੂੰ ਤਾਂ ਸਰ ਨੇ ਮਿਲਣਾ। ਉਹ ਕਾਲ ਜਦੋਂ 2-3 ਦਿਨ ਨਹੀਂ ਆਈ, ਮੈਂ ਔਖੀ ਸੌਖੀ ਨੇ ਮੁੰਬਈ ਕੱਟਿਆ, ਫਿਰ ਮੈਂ ਉਹਨਾਂ ਨੂੰ ਵਾਪਸ ਕਾਲ ਕੀਤੀ ਕਿ ਮੇਰੀ ਨਾ ਤਬੀਅਤ ਨਹੀਂ ਠੀਕ, ਪਲੀਜ਼ ਅਗਰ ਆਪ ਇਹ ਮੀਟਿੰਗ ਥੋੜ੍ਹਾ ਪਹਿਲੇ ਕਰਦੇ ਤੋ, ਹੈ ਨਾ, ਵੀ ਜੇ ਹੋ ਸਕਦਾ। ਬਿਲਕੁਲ। ਤੇ ਫਿਰ ਉਹਨਾਂ ਨੇ ਕਿਹਾ ਕਿ ਹਾਂ ਹਮ ਬਾਤ ਕਰਤੇ ਹਾਂ, ਫਿਰ ਉਹਨਾਂ ਨੇ ਮੇਰੀ ਮੀਟਿੰਗ ਪਹਿਲਾਂ ਕਰਾਤੀ ਸੀ, ਸਰ ਨੂੰ ਦੱਸਤਾ ਹੋਣਾ, ਉਹ ਬਹੁਤ ਹੰਬਲ ਨੇ। ਤੇ ਬਸ ਫਿਰ ਮੈਂ ਉਵੇਂ ਹੀ, ਮੇਰੀ ਤਬੀਅਤ ਠੀਕ ਨਹੀਂ ਸੀ, ਉਵੇਂ ਹੀ ਮੈਂ ਮਿਲ ਕੇ ਆਈ,
ਤੇ ਵਾਪਸ ਆਉਂਦੇ ਹੋਏ ਮੈਨੂੰ ਸੀ ਮੈਂ ਘਰੇ ਨਹੀਂ ਵੜਨਾ ਮੈਂ ਕਿਤੇ ਮੈਂ ਫਟਾਫਟ ਨਾ ਮੈਨੂੰ ਸੀਗਾ ਵੀ ਮੈਂ ਚੰਗਾ ਫੀਲ ਕਰਨਾ ਚਾਹੁੰਦੀ ਹਾਂ ਹਾਂ ਤਾਂ ਮੈਂ ਬਿਮਾਰ ਪਰ ਮੈਂ ਇੰਨਾ ਵੱਡਾ ਕੰਮ ਕਰਕੇ ਆਈ ਹਾਂ ਹਨਾ ਮਤਲਬ ਇੰਨੇ ਵੱਡੇ ਬੰਦੇ ਨੂੰ ਮਿਲ ਕੇ ਆਈ ਹਾਂ ਜਿਹਨਾਂ ਦੀ ਮੈਂ ਫੈਨ ਹਾਂ ਤੇ ਵੀ ਮੈਂ ਚੰਗਾ ਫੀਲ ਕਰਨਾ ਚਾਹੁੰਦੀ ਹਾਂ ਮੈਂ ਜਾ ਕੇ ਪਹਿਲਾਂ ਤਾਂ ਮੈਂ ਕਿਹਾ ਮੈਂ ਘਰੇ ਨਹੀਂ ਵੜਨਾ ਕਿਉਂਕਿ ਮੈਂ ਬਿਮਾਰ ਫੀਲ ਬਿਲਕੁਲ ਨਹੀਂ ਕਰਨਾ ਚਾਹੁੰਦੀ ਮੈਂ ਜਾ ਕੇ ਕਾਫੀ ਪੀਤੀ ਵਧੀਆ ਜੀ ਕੈਫੇ 'ਚ ਬਹਿ ਕੇ ਤੇ ਨੈਕਸਟ ਡੇ ਹੀ ਬਸ ਫਿਰ ਮੈਂ ਫਲਾਈਟ ਬੁੱਕ ਕਰ ਲਈ ਮੈਂ ਆ ਗਈ ਵਾਪਸ ਅੱਛਾ ਜਦੋਂ ਤੁਹਾਨੂੰ ਇਸ ਫਿਲਮ ਦੀ ਆਫਰ ਆਈ ਤਾਂ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਚਮਕੀਲੇ ਦੀ ਪਹਿਲੀ ਵਾਈਫ ਦਾ ਕਿਰਦਾਰ ਕਰਨਾ ਤਾਂ ਬਾਅਦ ਵਿੱਚ ਪਤਾ ਲੱਗਾ ਮੈਨੂੰ ਨਹੀਂ ਉਹਨਾਂ ਨੇ ਪਹਿਲਾਂ ਨਹੀਂ ਸੀ ਦੱਸਿਆ ਕਿਉਂਕਿ ਉਹਨਾਂ ਨੇ ਇੱਕ ਆਡੀਸ਼ਨ ਹੀ ਭੇਜਿਆ ਕਿ ਆਹ ਤੁਸੀਂ ਇਹ ਭੇਜੋ ਸਾਨੂੰ ਕਿ ਕੀ ਹੈ ਕਰੈਕਟਰ ਇਹ ਕੌਣ ਆ ਇਹ ਕੁਛ ਨਹੀਂ ਉਹਨਾਂ ਨੇ ਦੱਸਿਆ ਪਰ ਜਿੰਨਾ ਕੁ ਅਸੀਂ ਸਮਝਦੇ ਹਾਂ ਜਾਂ ਮੈਨੂੰ ਲੱਗਦਾ ਜੇ ਕੋਈ ਸਮਝਦਾਰ ਐਕਟਰ ਆ ਉਹਨੂੰ ਸਮਝ ਆ ਜੂਗੀ ਸਕ੍ਰਿਪਟ ਜੋ ਵੀ ਉਹਨਾਂ ਨੇ ਮੈਨੂੰ ਭੇਜਿਆ ਤੇ ਮੈਂ ਅੰਦਾਜ਼ਾ ਲਾ ਲਿਆ ਸੀ ਕਿਉਂਕਿ ਇਹ ਤਾਂ ਮੈਂ ਸੁਣਿਆ ਹੋਇਆ ਸੀ ਕਿ ਉਹ ਫਿਲਮ ਚਮਕੀਲਾ ਤੇ ਕਰਨ ਵਾਲੇ ਨੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੁਹਾਨੂੰ ਸਭ ਦੱਸ ਦਿੰਦਾ ਇਹ ਮੈਨੂੰ ਪਤਾ ਸੀ ਤੇ ਫਿਰ ਜਦੋਂ ਮੈਂ ਆਡੀਸ਼ਨ ਕੀਤਾ ਤਾਂ ਮੈਨੂੰ ਕਰੈਕਟਰ ਵੀ ਪਤਾ ਲੱਗ ਗਿਆ ਕਿ ਹਾਂ ਇਹ ਗੁਰਮੇਲ ਜੀ ਦਾ ਕਰੈਕਟਰ ਆ ਜਦੋਂ ਗੁਰਮੇਲ ਕੌਰ ਦਾ ਤੁਸੀਂ ਕਰੈਕਟਰ ਪੜਿਆ ਜਾਂ ਸਕ੍ਰਿਪਟ ਪੜੀ ਤਾਂ ਉਹਦੇ ਵਿੱਚ ਕੀ ਪਤਾ ਲੱਗਾ ਕਿ ਉਸ ਲੇਡੀ ਨੇ ਕਿੰਨਾ ਕੁਝ ਭੋਗਿਆ ਆ ਜਾਂ ਕਿੱਦਾਂ ਦੀ ਲਾਈਫ ਸੀਗੀ ਕਰੈਕਟਰ ਦੇ ਕਿਉਂਕਿ ਅੰਦਰ ਵੜਨਾ ਪੈਂਦਾ ਜਦੋਂ ਇੱਕ ਤੁਸੀਂ ਹੋ ਵੀ ਥੀਏਟਰ ਆਰਟਿਸਟ ਤਾਂ ਪ੍ਰੋਪਰ ਕਰੈਕਟਰ ਦੇ ਅੰਦਰ ਵੜ ਕੇ ਕਿਰਦਾਰ ਕਰਨਾ ਪੈਂਦਾ ਤੇ ਉਹ ਫਿਰ ਪਤਾ ਕਿਵੇਂ ਲੱਗਾ ਕਿੱਦਾਂ ਚੀਜ਼ਾਂ ਬਾਹਰ ਆਈਆਂ ਕਿ ਕੀ ਕੁਝ ਭੋਗਿਆ ਉਸ ਲੇਡੀ ਨੇ ਉਹ ਅਸੀਂ ਮਤਲਬ ਜੇ ਅਸੀਂ ਸਕ੍ਰਿਪਟ 'ਚ ਨਾ ਵੀ ਹੋਵੇ ਤਾਂ ਵੀ ਅਸੀਂ ਸੋਚ ਸਕਦੇ ਹਾਂ ਕਿ ਇਕੱਲੀ ਔਰਤ ਜਿਹਦਾ ਹਸਬੈਂਡ ਚਲਾ ਗਿਆ ਔਰ 27 ਸਾਲ ਦੇ ਸੀ ਹੈ ਨਾ ਜਦੋਂ ਜੀ ਤੇ ਦੋ ਬੱਚੀਆਂ ਨਾਲ ਉਹਦੀ ਲਾਈਫ ਕਿਵੇਂ ਰਹੀ ਹੋਊਗੀ ਅਸੀਂ ਆਪ ਹੀ ਸੋਚ ਸਕਦੇ ਹਾਂ ਨਾ ਕਿ ਸਾਨੂੰ ਕੋਈ ਦੱਸੇ ਹੈ ਨਾ ਤੇ ਸਟਰਗਲ ਰਿਹਾ ਹੋਊਗਾ ਲਾਈਫ 'ਚ ਬਹੁਤ ਮੈਂ ਉਹਨਾਂ ਦੀਆਂ ਉਹਨਾਂ ਨੂੰ ਮਿਲੀ ਤਾਂ ਨਹੀਂ ਮੈਂ ਉਹਨਾਂ ਦੇ ਇੰਟਰਵਿਊਜ਼ ਦੇਖੇ ਯੂਟਿਊਬ 'ਤੇ ਪਏ ਨੇ ਹੈ ਨਾ ਤੇ ਉਹ ਸਾਰਾ ਕੁਝ ਦੇਖ ਕੇ ਸੁਣ ਕੇ ਤੁਹਾਨੂੰ ਪਤਾ ਲੱਗਦਾ ਬਾਕੀ ਫਿਰ ਇਮਤਿਆਜ਼ ਸਰ ਜਿੰਨਾ ਡਿਟੇਲ ਨਾਲ ਉਹਨਾਂ ਨੇ ਸਮਝਾਇਆ ਸਾਰਾ ਕੁਝ ਕਿ ਐਂ ਕਰਨਾ ਐਂ ਕਰਨਾ ਤੇ ਹੋ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਤੇ 12 ਅਪ੍ਰੈਲ ਨੂੰ ਆ ਰਹੀ ਹੈ ਫਿਲਮ ਜੀ ਬਿਲਕੁਲ ਤੇ ਅੱਛਾ ਚਮਕੀਲਾ ਅਮਰ ਸਿੰਘ ਚਮਕੀਲਾ ਜਦੋਂ ਤੁਸੀਂ ਨਾਮ ਲੈਣਾ ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਲੋਕ ਕਹਿੰਦੇ ਉਹ ਗੰਦੇ ਗਾਣੇ ਗਾਉਂਦਾ ਇਹ ਵੋ ਪਰ ਜਦੋਂ ਤੁਸੀਂ ਜਿੰਨਾ ਕੁ ਤੁਹਾਡਾ ਦਲਜੀਤ ਦੇ ਨਾਲ ਕਰੈਕਟਰ ਹੈ ਜਾਂ ਜਿੰਨੀ ਕੁ ਤੁਸੀਂ ਫਿਲਮ ਉਸ ਦੇ ਵਿੱਚ ਦਿਸਦੇ ਹੋ ਕੀ ਲੱਗਾ ਕਿ ਵਾਕਿਓ ਬੰਦਾ ਗੰਦੇ ਗਾਣੇ ਇੰਨੇ ਜ਼ਿਆਦਾ ਗਾਉਂਦਾ ਸੀਗਾ ਜਾਂ ਉਹਦੀ ਲਾਈਫ ਹੋਰ ਤਰੀਕੇ ਦੀ ਸੀਗੀ ਮੈਂ ਨਹੀਂ ਸੁਣੇ ਮੈਨੂੰ ਨਹੀਂ ਪਤਾ ਇਸ ਬਾਰੇ ਤੇ ਪਰ ਮੈਂ ਇੰਨਾ ਕੁ ਜ਼ਰੂਰ ਕਹਿਣਾ ਚਾਹੂੰਗੀ ਕਿ ਜੇ ਕੋਈ ਸੁਣਦਾ ਤਾਂ ਕੋਈ ਗਾਉਂਦਾ ਹੈ ਨਾ ਕਿਉਂ ਜੇ ਕੋਈ ਸੁਣ ਹੀ ਨਹੀਂ ਰਿਹਾ ਹੋਊਗਾ ਕੋਈ ਕਿਉਂ ਗਾਊਗਾ ਬਿਲਕੁਲ ਜਦੋਂ ਉਹਦੇ ਗਾਣੇ ਚੱਲਣਗੇ ਹੀ ਨਹੀਂ ਫਿਰ ਤਾਂ ਕੋਈ ਕਿਉਂ ਗਾਊਗਾ ਇਸ ਕਰਕੇ ਸਾਨੂੰ ਸਾਰਾ ਬਲੇਮ ਕਿਸੇ ਇੱਕ ਬੰਦੇ ਤੇ ਨਹੀਂ ਸਿੱਟ ਦੇਣਾ ਚਾਹੀਦਾ ਝਾਤੀ ਆਪਦੇ ਵੱਲ ਵੀ ਮਾਰਨੀ ਚਾਹੀਦੀ ਹੈ ਹਨਾ ਤੇ ਜਿਵੇਂ ਕਿ ਗਾਣਾ ਫਿਲਮ ਦਾ ਰਿਲੀਜ਼ ਹੋਇਆ ਨਰਮ ਖਾਲਜਾ ਉਹ ਸਾਫ਼ ਪਤਾ ਲੱਗਦਾ ਕਿ ਫੀਮੇਲਸ ਵੀ ਸੁਣਦੀਆਂ ਸੀ ਭਾਵੇਂ ਚੋਰੀ ਸੁਣਦੀਆਂ ਸੀ ਹਨਾ ਤੇ ਜੇ ਫੀਮੇਲਸ ਵੀ ਚੋਰੀ ਸੁਣਦੀਆਂ ਸੀ ਤਾਂ ਤੁਸੀਂ ਸੋਚੋ ਕਿ ਮੇਲਸ ਦੀ ਗਿਣਤੀ ਕਿੰਨੀ ਜ਼ਿਆਦਾ ਹੋਊਗੀ ਅੱਜ ਤੱਕ ਸੁਣਦੇ ਆ ਰਹੇ ਹਾਂ ਹੁਣ ਤੱਕ ਹਨਾ ਤੇ ਬਲੇਮ ਇਹ ਸਿੱਟ ਦੇਣਾ ਇਕੱਲੇ ਉਹਨਾਂ ਤੇ ਕਿ ਜੀ ਉਹ ਤਾਂ ਗੰਦੇ ਗਾਣੇ ਸੁਣਦਾ ਸੀ ਕੋਈ ਤੁਸੀਂ ਵੀ ਤਾਂ ਸੁਣਦੇ ਸੀ ਹੈ ਨਾ ਤਾਂ ਹੀ ਕੋਈ ਗਾ ਰਿਹਾ ਸੀ ਬਸ ਅੱਜ ਵੀ ਤਾਂ ਸਭ ਕੁਛ ਹੀ ਚੱਲ ਰਿਹਾ ਸੀ ਅਸੀਂ ਇੱਕ ਕਿਸੇ ਇੱਕ ਬੰਦੇ ਨੂੰ ਬਲੇਮ ਦੇ ਦਈਏ ਹੁਣ ਵੀ ਤਾਂ ਚੱਲਦੇ ਹੀ ਨੇ ਬਿਲਕੁਲ ਬਿਲਕੁਲ ਤੇ ਜਦੋਂ ਤੁਸੀਂ ਹੁਣ ਫਿਲਮ ਕੀਤੀ ਆ ਤਾਂ ਤੁਹਾਨੂੰ ਲੱਗਾ ਨੀ ਕਿ ਜ਼ਿਹਨ ਦੇ ਵਿੱਚ ਨਹੀਂ ਆਇਆ ਕਿ ਯਾਰ ਮੈਂ ਵੀ ਦੇਖਾਂ ਵੀ ਕੀ ਗਾਉਂਦਾ ਸੀਗਾ ਜਿਹੜਾ ਇੰਨਾ ਇੰਨੀ ਹਾਈਪ ਕ੍ਰੀਏਟ ਕੀਤੀ ਹੋਈ ਮੈਨੂੰ ਉਦੋਂ ਤਾਂ ਨਹੀਂ ਲੱਗਿਆ ਬਸ ਮੈਨੂੰ ਇਹ ਪਤਾ ਕਿ ਹਾਂ ਵੀ ਬਹੁਤ ਸਾਡੇ ਪੰਜਾਬ ਦਾ ਫੇਮਸ ਸਿੰਗਰ ਸੀਗੇ ਹੈ ਨਾ ਉਹ ਪਰ ਹੁਣ ਜਦੋਂ ਕੱਲ੍ਹ ਦਾ ਇਹ ਸਾਰਾ ਕੁਛ ਹੋ ਰਿਹਾ ਨਾ ਹੁਣ ਮੈਂ ਜ਼ਰੂਰ ਦੇਖੂੰਗੀ ਕਿ ਕੀ ਸੀ ਜਿਹੜਾ ਇਹ ਐਂ ਕਹਿ ਰਹੇ ਆ ਮੇਰੇ ਖਿਆਲ ਨਾਲ ਜਿੱਡਾ ਹੋਊਗਾ ਇਹਨਾਂ ਨੇ ਬਣਾਇਆ ਹੋਣਾ ਨਹੀਂ ਅੱਛਾ ਚਮਕੀਲਾ ਤਾਂ ਇੱਕ ਅਲੱਗ ਮੈਟਰ ਹੋ ਗਿਆ ਨਾ ਤੁਹਾਡੇ ਲਾਈਵ ਦੇ ਵਿੱਚ ਕੱਲ੍ਹ ਇੱਕ ਬਾਰ ਬਾਰ ਜਿਹੜਾ ਨਾਮ ਆ ਰਿਹਾ ਸੀ ਦੀਪ ਸਿੱਧੂ ਦੀ ਭੈਣ ਹੈ ਇਹ ਬਹੁਤ ਤੁਹਾਨੂੰ ਜ਼ਿਆਦਾ ਕੋਟ ਕੀਤਾ ਤੁਹਾਨੂੰ ਕਿਹਾ ਜਾ ਰਿਹਾ ਸੀਗਾ ਪਤਾ ਨਹੀਂ ਉਹ ਐਂ ਕਿਉਂ ਸੋਚਦੇ ਨੇ ਕਿਉਂਕਿ ਦੀਪ ਵੀ ਐਕਟਰ ਸੀ ਔਰ ਇਹ ਫਿਲਮ ਜਿਸ ਵੇਲੇ ਤਾਂ ਹੀ ਮੈਂ ਕਹਿ ਦਾ ਬਹੁਤ ਲੰਬਾ ਪ੍ਰੋਸੈਸ ਸੀ ਬਿਨਾਂ ਕੁਛ ਜਾਣੇ ਸਮਝੇ ਕੁਛ ਵੀ ਕਿਸੇ ਨੂੰ ਬਲੇਮ ਨਹੀਂ ਕਰ ਦੇਣਾ ਚਾਹੀਦਾ ਠਾ ਸੋਟਾ ਸਿੱਧਾ ਤੁਸੀਂ ਮਾਰਿਆ ਤੇ ਬਹਿ ਗਏ ਆਰਾਮ ਨਾਲ ਦੀਪ ਨੂੰ ਪਤਾ ਸੀ ਕਿ ਮੈਨੂੰ ਇਹ ਆਫਰ ਆਈ ਹੈ ਸਿਲੈਕਸ਼ਨ ਨਹੀਂ ਸੀ ਹੋਈ ਕੁਛ ਨਹੀਂ ਸੀ ਹੋਇਆ ਤੁਸੀਂ ਸੋਚੋ ਕਿ ਕਿੰਨਾ 2 ਸਾਲ ਪਹਿਲਾਂ ਦੀ ਗੱਲ ਯੈਸ ਕਿੰਨਾ ਪੁਰਾਣਾ ਹੈ ਨਾ ਤੇ ਉੱਥੇ ਖੁਸ਼ ਸੀ ਕਿ ਹਾਂ ਵਧੀਆ ਮਿਲਣੀ ਚਾਹੀਦੀ ਤੂੰ ਡਿਜ਼ਰਵ ਕਰਦੀ ਆ ਹਾਂ ਬਿਲਕੁਲ ਕਿ ਤੂੰ ਡਿਜ਼ਰਵ ਕਰਦੀ ਆ ਉਹ ਤਾਂ ਕੰਮ ਤੋਂ ਮੇਰੇ ਤੋਂ ਹਮੇਸ਼ਾ ਖੁਸ਼ ਹੁੰਦਾ ਸੀ ਕਿ ਉੱਧਰ ਟਰਾਈ ਕਰ ਇਹ ਬਹੁਤ ਇੰਟਰਵਿਊ ਦੇ ਵਿੱਚ ਵੀ ਇੱਕ ਜਦੀਪ ਨੇ ਕਿਹਾ ਹੋਇਆ ਕਿ ਉਹ ਬਹੁਤ ਟੈਲੈਂਟਡ ਐਕਟਰੈਸ ਆ
ਉਹਨੂੰ ਮੇਰਾ ਕੰਮ ਪਸੰਦ ਆਉਂਦਾ ਸੀ। ਜੇ ਤੁਸੀਂ ਦੀਪ ਦਾ ਫੇਵਰ ਲੈ ਕੇ ਗੱਲ ਕਹਿ ਰਹੇ ਹੋ ਕਿ ਤੂੰ ਦੀਪ ਦੀ ਭੈਣ ਆ ਤਾਂ ਇਹ ਤੂੰ ਨਾ ਕਰ, ਜਾਂ ਤੂੰ ਦੀਪ ਦੀ ਭੈਣ ਨਹੀਂ ਹੋ ਸਕਦੀ ਜੇ ਤੂੰ ਆਹ ਕੀਤਾ, ਤਾਂ ਤੁਸੀਂ ਦੀਪ ਨੂੰ ਜਾਣਦੇ ਹੀ ਨਹੀਂ। ਤੁਸੀਂ ਤਾਂ ਸਿਰਫ 1.5 ਸਾਲ ਇੱਥੇ ਜਿਹੜਾ ਪੰਜਾਬ 'ਚ ਦੀਪ ਰਿਹਾ ਉਹਨੂੰ ਜਾਣੇ ਨਾ, ਹੋ ਸਕਦਾ ਤੁਸੀਂ ਮਿਲੇ ਵੀ ਨਾ ਹੋਵੋ। ਬਿਲਕੁਲ, ਮੈਂ ਗੱਦਾਰ ਦਾ ਵੀ ਕਰੈਕਟਰ ਦਿੱਤਾ ਸੀ ਉਹਨਾਂ ਨੂੰ। ਹਾਂ ਬਿਲਕੁਲ, ਤੇ ਮੈਂ 7 ਸਾਲ ਰਹੀ ਹਾਂ, ਅਸੀਂ ਇਕੱਠੇ ਹੀ ਹੁੰਦੇ ਸੀ ਮੁੰਬਈ ਜਾਂ ਪੰਜਾਬ ਜਾਂ ਮਿਲਦੇ ਹੀ ਰਹਿੰਦੇ ਸੀ। ਕਿਹੋ ਜਿਹਾ ਸੁਭਾਅ ਸੀ ਉਹਨਾਂ ਦਾ? ਬਹੁਤ ਮਿਲਾਪਣਾ, ਕੋਈ ਬੰਦਾ ਇੱਕ ਵਾਰੀ ਮਿਲ ਲੈਂਦਾ ਸੀ ਨਾ ਤਾਂ ਦੇਖਿਆ ਬੰਦੇ ਨੂੰ ਕੀਲ ਲੈਂਦਾ ਹੈ ਨਾ ਫਲਾਣਾ ਬੰਦਾ, ਤਾਂ ਆਏ ਸੀ। ਔਰ ਉਹ ਤੁਸੀਂ ਦੇਖਿਆ ਵੀ ਹੈ 1.5 ਸਾਲ 'ਚ ਪੰਜਾਬ ਦੇਖਿਆ ਹੀ ਹੈ, ਜਦੋਂ ਉਹ ਸਾਡੇ ਯੂਥ ਦੇ ਵਿੱਚ ਵਿਚਰਦਾ ਸੀ ਤਾਂ ਯੂਥ ਨੂੰ ਆਪਦਾ ਲੱਗਦਾ ਸੀ ਉਹ, ਹੈ ਨਾ, ਜਿੰਨੀਆਂ ਸਾਡੀਆਂ ਮਾਵਾਂ ਉਹਨਾਂ ਨੂੰ ਲੱਗਦਾ ਸੀ ਸਾਡਾ ਪੁੱਤ ਆ। ਇਮੋਸ਼ਨਲ ਹੋ ਗਏ ਤੁਸੀਂ ਇੱਥੇ? ਹੋਰ ਗੱਲ ਕਰਦੇ ਜੀ। ਬਿਲਕੁਲ ਬਿਲਕੁਲ, ਫਿਲਮ ਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਦੀਪ ਦੇ ਨਾਮ ਤੋਂ ਤੁਸੀਂ ਇਮੋਸ਼ਨਲ ਹੋ ਗਏ ਸੀ, ਅਤੇ ਚਲੋ ਆਪਾਂ ਕੋਈ ਹੋਰ ਗੱਲ ਕਰ ਲੈਂਦੇ ਹਾਂ। ਚਮਕੀਲਾ ਫਿਲਮ ਦੀ ਗੱਲ ਕਰਦੇ ਹਾਂ। ਦਿਲਜੀਤ ਦੋਸਾਂਝ ਐਡਾ ਵੱਡਾ ਨਾਮ, ਉੱਪਰੋਂ ਇਮਤਿਆਜ਼ ਅਲੀ ਐਡਾ ਵੱਡਾ ਨਾਮ, ਅਤੇ ਦਿਲਜੀਤ ਦੋਸਾਂਝ ਟ੍ਰੇਲਰ ਦੀ ਰਿਲੀਜ਼ ਤੋਂ ਪਹਿਲਾਂ ਅੰਬਾਨੀਆਂ ਦੇ ਸ਼ੋਅ ਲਾ ਕੇ ਆਏ ਨੇ, ਤਾਂ ਉਹਨਾਂ ਨੂੰ ਵੀ ਬੜਾ ਟ੍ਰੋਲ ਕੀਤਾ ਕਿ ਪੈਸੇ ਬਦਲੇ ਦਿਲਜੀਤ ਨੇ, 7 ਕਰੋੜ ਸਿੱਟੇ ਐਂ ਕਰ ਲਿਆ, ਉਹ ਕਰ ਲਿਆ, ਅਤੇ ਉਸ ਬਾਬਤ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਦਿਲਜੀਤ ਦੀ? ਨਹੀਂ ਨਹੀਂ, ਇੰਨਾ ਨਹੀਂ ਹੋਇਆ। ਮੈਂ ਐਵੇਂ ਕਹਾਂ, ਸ਼ੂਟ 'ਤੇ ਆਪਦਾ ਕੰਮ ਕਰਦੇ ਸੀ, ਅਤੇ ਮੈਂ ਤਾਂ ਵੈਸੇ ਹੀ ਬਹੁਤ ਘੱਟ ਬੋਲਦੀ ਹਾਂ, ਮੇਰੇ ਤੋਂ ਮਤਲਬ ਬਿਨਾਂ ਮਤਲਬ ਗੱਲਾਂ ਨਹੀਂ, ਬਸ ਸੈੱਟ 'ਤੇ ਕੰਮ। ਪਰ ਮੈਂ ਉਹ ਲੋਕਾਂ ਦੀ ਗੱਲ ਹੀ ਕਹਿਣਾ ਚਾਹੂੰਗੀ ਕਿ ਜਦੋਂ ਦਿਲਜੀਤ ਉੱਥੇ ਚਲਾ ਗਿਆ, ਕੋਚੀਲਾ ਗਏ ਜਾਂ ਅੰਬਾਨੀਆਂ ਦੇ ਵਿਆਹ 'ਤੇ ਗਏ ਪੱਗ ਬੰਨ ਕੇ, ਤਾਂ ਦਿਲਜੀਤ ਇਹਨਾਂ ਦਾ ਸੀ ਕਿ ਵਾਹ 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 ਵਾਹ, ਦੇਖਿਆ ਪੱਗ ਬੰਨ ਕੇ ਸਾਡਾ ਬੰਦਾ ਆਏ, ਹੈ ਨਾ। ਜਦੋਂ ਦਿਲਜੀਤ ਨੇ ਚਮਕੀਲਾ ਕਰ ਲਈ, ਇਹਨੇ ਤਾਂ ਬਾਲ ਕਟਾ ਤੇ ਪੈਸੇ ਭੇਜੇ, ਇਹ ਕਿਸੇ ਦੇ ਹੈ ਹੀ ਨਹੀਂ। ਇੰਨੀ ਕੀ ਗੱਲ ਹੁੰਦੀ ਹੈ ਜਿਹੜੀ ਨਾਲ ਇਹ ਕਹਿ ਦਿੰਦੇ ਆ ਸਾਡਾ ਸਾਡਾ ਸਾਡਾ, ਇੰਨੀ ਕੀ ਗੱਲ ਉਹ ਹੁੰਦੀ ਹੈ ਜਿਹਦੇ ਨਾਲ ਇਹ ਬੰਦੇ ਨੂੰ ਐਂ ਕਰ ਦਿੰਦੇ ਆ, ਬਗਾਨਾ ਫੀਲ ਕਰਾ ਦਿੰਦੇ ਆ ਕਿ ਤੁਸੀਂ ਤਾਂ ਸਾਡੇ ਹੈ ਹੀ ਨਹੀਂ, ਤੇ ਮਗਰ ਪੈ ਜਾਂਦੇ ਆ। ਮੈਨੂੰ ਲੱਗਦਾ ਵੀ ਆਪਦੀ ਪੀੜ੍ਹੀ ਸੋਟੇ ਥੱਲੇ ਸੋਟਾ ਮਾਰਨ ਕਿ ਅਸੀਂ ਕਰਦੇ ਕੀ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ, ਨੈਗੇਟਿਵ ਦੇਖਦੇ ਹੋ ਜਾਂ ਪੋਜ਼ਿਟਿਵ ਦੇਖਦੇ ਹੋ? ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਅੰਬਾਨੀਆਂ ਦੇ ਨੱਚ ਕੇ ਆ, ਤੁਸੀਂ ਜਿੱਦਾਂ ਕਿਹਾ ਵੀ ਕਿ ਪੱਗ ਬੰਨ ਕੇ ਗਿਆ ਅਗਲਾ, ਹਾਂ, ਇਹ ਪ੍ਰਾਪਤੀ ਦੇਖਦੇ ਹੋ ਦਲਜੀਤ ਦੀ? ਹਾਂਜੀ ਪ੍ਰਾਪਤੀ ਆ, ਬਿਲਕੁਲ ਪ੍ਰਾਪਤੀ ਆ। ਇੱਕ ਉੱਥੇ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੇ ਸੱਦੇ ਹੋਏ ਸੀ, ਉਹਦਾ ਆਰਟ ਆ, ਹੈ ਨਾ, ਸਿੰਗਿੰਗ, ਤੇ ਜੇ ਉਹਨੂੰ ਉਹਨਾਂ ਨੂੰ ਕਿਸੇ ਨੇ ਬੁਲਾਇਆ ਤੇ ਉਹ ਗਏ, ਤਾਂ ਇਹਦੇ ਵਿੱਚ ਬੁਰਾ ਕੀ ਆ? ਕੋਈ ਬੁਰਾ ਨਹੀਂ, ਮੈਨੂੰ ਤਾਂ ਨਹੀਂ ਲੱਗਦਾ। ਪੰਜਾਬੀਆਂ ਦੀ ਵੀ ਪ੍ਰਾਪਤੀ ਲੱਗਦੀ ਤੁਹਾਨੂੰ ਇਸ ਦੇ ਵਿੱਚ? ਬਿਲਕੁਲ, ਸਾਡਾ ਬੰਦਾ ਉੱਥੇ ਗਾ ਰਿਹਾ, ਪੱਗ ਬੰਨ ਕੇ ਕੁੜਤੇ ਪਜਾਮੇ 'ਚ ਗਏ ਆ ਉਹ, ਤੇ ਕੋਈ ਛੋਟੀ ਗੱਲ ਨਹੀਂ। ਉਦੋਂ ਇਹਨਾਂ ਨੂੰ ਵੀ ਵਧੀਆ ਲੱਗਦਾ ਸੀ, ਚਮਕੀਲਾ ਵੇਲੇ ਇਹਨਾਂ ਨੂੰ ਵੀ ਪ੍ਰੋਬਲਮ ਹੋ ਗਈ। ਪਤਾ ਨਹੀਂ ਹੁਣ ਇਹਨਾਂ ਦੇ ਆਪਦੇ ਮਾਪਦੰਡ ਨੇ ਕਿਸ ਤਰੀਕੇ ਨਾਲ ਇਹ ਬੰਦੇ ਨੂੰ ਨਾਪਦੇ ਨੇ, ਮੈਨੂੰ ਨਹੀਂ ਚੰਗਾ ਲੱਗਦਾ ਹੈ। ਤਾਂ ਹੀ ਤੁਸੀਂ ਕੱਲ ਫੇ ਜਵਾਬ ਦੇਣ ਵਾ, ਮਤਲਬ ਜਵਾਬ ਦੇਣ ਹੀ ਆਈ ਸੀ ਤੁਸੀਂ? ਸਿਰਫ ਜਵਾਬ ਦੇਣ ਆਈ ਸੀ, ਮੈਂ ਉੱਥੇ ਕਿਸੇ ਦਾ ਕਮੈਂਟ ਨਹੀਂ ਪੜਿਆ, ਨਾ ਹੀ ਮੈਂ ਉਹਨਾਂ ਨੂੰ, ਮੈਂ ਤਾਂ ਪਹਿਲਾਂ ਹੀ ਕਹਿਤਾ ਕਿ ਮੈਂ ਸਿਲਸਿਲਾ ਨਹੀਂ ਸ਼ੁਰੂ ਕਰਨਾ ਚਾਹੁੰਦੀ, ਮੈਂ ਆਪਦੀ ਗੱਲ ਕਹਿਣਾ। ਤੁਸੀਂ ਲਾਈਵ ਦੇ ਵਿੱਚ ਆ ਕੇ ਪਹਿਲਾਂ ਸਭ ਤੋਂ ਪਹਿਲੇ ਵੀ ਕਿ ਮੇਰਾ ਤਾਂ ਸਤਿ ਸ਼੍ਰੀ ਅਕਾਲ ਬੁਲਾਉਣ ਨੂੰ ਦਿਲ ਨਹੀਂ ਕਰਦਾ। ਕਿਹਨੂੰ ਬੁਲਾਵਾਂ, ਕਿਹਨਾਂ ਨੂੰ ਬੁਲਾਵਾਂ ਜਿਹੜੇ ਮੈਨੂੰ ਮਤਲਬ ਇੰਨਾ ਭੈੜਾ ਭੈੜਾ ਬੋਲ ਰਹੇ, ਕਿ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਾਂ, ਮੈਨੂੰ ਸਮਝ ਹੀ ਨਹੀਂ ਆਈ। ਮੈਨੂੰ ਪਿਆਰ ਕਰਨ ਵਾਲੇ ਵੀ ਹੈਗੇ ਉਹਨਾਂ 'ਚ, ਪਰ ਉਹ ਲਾਈਵ ਮੇਰਾ ਸੀਗਾ ਉਹਨਾਂ ਲਈ ਜਿਹੜੇ ਨਫ਼ਰਤ ਦੇ ਭਰੇ ਹੋਏ ਸੀ, ਉਹਨਾਂ ਲਈ ਸੀਗਾ ਜਿਹੜੇ ਕਮੈਂਟ ਕਰਦੇ ਜੀ। ਅੱਛਾ ਕੁਲ, ਤੁਹਾਡਾ ਕਰੀਅਰ ਦੀ ਜੇ ਗੱਲ ਕਰੀਏ, 15 ਸਾਲ ਬਹੁਤ ਇੱਕ ਵੱਡਾ ਦੌਰ ਹੁੰਦਾ ਹੈ, ਅਤੇ 15 ਸਾਲਾਂ ਦੇ ਵਿੱਚ ਜੇ ਆਪਾਂ ਕੋਈ ਹੋਰ ਆਰਟਿਸਟ ਫੜ ਲਈਏ ਜਾਂ ਹੋਰ ਐਕਟਰੈਸ ਫੜ ਲਈਏ, ਤਾਂ 15 ਸਾਲਾਂ ਦੇ ਵਿੱਚ ਝੜੀ ਲੱਗੀ ਹੋਣੀ ਫਿਲਮਾਂ ਦੀ, ਕੋਈ ਟੀਵੀ ਸ਼ੋਅ 2 ਸਾਲ 'ਚ ਇੱਥੇ ਜਾਂਦੇ ਆ। 15 ਸਾਲਾਂ ਦੇ ਵਿੱਚ ਸਟ੍ਰੇਟ ਲਾਈਨ ਤੁਰਦੀ ਆਉਂਦੀ, 15 ਸਾਲ ਦੀ ਐ ਚੱਲ ਰਹੀ ਹੈ। ਹਾਂ, ਮਤਲਬ ਜੇ ਆਪਾਂ ਐਗੜੀਆਂ ਨਾ ਤੇ ਗਿਣ ਚੁਣ ਕੇ 15 ਪ੍ਰੋਜੈਕਟ ਹੋ ਸਕਦੇ, ਇੰਨਾ ਲੰਬਾ ਅਰਸਾ ਹੋ ਚੁੱਕਾ ਹੈ, ਤੇ ਬੈਕ ਟੂ ਬੈਕ ਪ੍ਰੋਜੈਕਟ ਕਿਉਂ ਨਹੀਂ ਆ ਰਿਹਾ ਤੁਹਾਡੇ? ਕੰਮ ਕਿਉਂ ਘੱਟ ਕਰ ਰਹੇ ਹੋ, ਕੰਮ ਘੱਟ ਮਿਲ ਰਿਹਾ ਹੈ, ਜਾਂ ਫਿਰ ਵਜ੍ਹਾ ਕੀ ਹੈ? ਪਤਾ ਨਹੀਂ, ਮੈਨੂੰ ਨਾ ਐਂ ਲੱਗਦਾ, ਹੁਣ ਇਹ ਕੁਐਸਚਨ ਜਿਵੇਂ ਮੈਨੂੰ ਪੁੱਛਿਆ ਜਾਂਦਾ ਹਰ ਇੰਟਰਵਿਊ 'ਚ,
ਮੈਨੂੰ ਲੱਗਦਾ ਵੀ ਜਦੋਂ ਵੀ ਤੁਸੀਂ ਇੰਟਰਵਿਊਜ਼ ਕਰਿਆ ਕਰੋ ਨਾ ਪੰਜਾਬੀ ਪੰਜਾਬੀ ਡਾਇਰੈਕਟਰਸ ਦੀਆਂ ਜਾਂ ਉਹਨੇ ਪੁੱਛਿਆ ਕਰੋ ਕਿ ਕੀ ਪ੍ਰੋਬਲਮ ਆ ਸਾਨੂੰ ਤੁਸੀਂ ਦੱਸੋ ਉਹਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਸੀਰੀਅਸਲੀ ਮੈਨੂੰ ਨਹੀਂ ਪਤਾ ਮੈਨੂੰ ਕਦੇ ਕਦੇ ਐਂ ਲੱਗਦਾ ਵੀ ਸ਼ਾਇਦ ਜਿਵੇਂ ਮੈਂ ਘੱਟ ਬੋਲਦੀ ਹਾਂ ਹੈ ਨਾ ਟਾਈਮ ਲੈਂਦੀ ਹਾਂ ਮਿਕਸ ਅਪ ਹੋਣ ਲੱਗੇ ਮੈਂ ਆਪਦਾ ਕੰਮ ਕਰਦੀ ਸ਼ਾਇਦ ਮੈਨੂੰ ਹਾਂ ਤੇ ਮੈਨੂੰ ਲੱਗਦਾ ਸ਼ਾਇਦ ਜਿਵੇਂ ਲੋਕ ਕਹਿੰਦੇ ਆ ਲਿੰਕਸ ਬਣਾਉਣਾ ਜਾਂ ਮੈਨੂੰ ਉਹ ਨਹੀਂ ਬਣਾਉਣੇ ਆਉਂਦੇ ਕੰਮ ਕਰਕੇ ਘਰੇ ਆ ਜਾਂਦੀ ਹਾਂ ਕਹਿੰਦੇ ਆ ਉਸੇ ਲਿੰਕ ਚੋਂ ਹੀ ਤਿੰਨ ਚਾਰ ਲਿੰਕ ਲੈ ਕੇ ਘਰ ਨੂੰ ਮੁੜੀਦਾ ਹੁੰਦਾ ਵੀ ਅੱਗੇ ਵੀ ਤੁਹਾਨੂੰ ਮੈਨੂੰ ਲੱਗਦਾ ਮੇਰਾ ਉਹ ਵੀ ਗਵਾਚ ਜਾਂਦਾ ਮੈਨੂੰ ਲੱਗਦਾ ਕਿ ਸਿਰਫ ਕੰਮ ਚਾਹੀਦਾ ਸੁਭਾਅ ਦੇ ਵਜਨ ਹੁੰਦਾ ਤੁਹਾਡੀ ਮੈਨੂੰ ਐਂ ਲੱਗਦਾ ਪਰ ਹੁਣ ਕਿਵੇਂ ਨੇਚਰ ਕਿਵੇਂ ਬਦਲਾਂ ਮੈਨੂੰ ਲੱਗਦਾ ਕਿ ਜਿਹੜੇ ਕੰਮ ਲਈ ਬੁਲਾਇਆ ਉਹ ਕੰਮ ਤਾਂ ਮੈਂ ਕਰਤਾ ਠੀਕ ਹੈ ਇਹ ਜਿਹੜੀ ਭਾਵੇਂ ਬਾਲੀਵੁੱਡ ਇੰਡਸਟਰੀ ਆ ਜਾਂ ਬਾਲੀਵੁੱਡ ਇੰਡਸਟਰੀ ਆ ਇਹਦੇ ਵਿੱਚ ਇੱਕ ਬਹੁਤ ਵੱਡਾ ਸ਼ਬਦ ਆ ਸਮਝੌਤਾ ਕਹਿੰਦੇ ਮੁੰਡਿਆਂ ਨੂੰ ਵੀ ਕਰਨਾ ਪੈਂਦਾ ਕੁੜੀਆਂ ਨੂੰ ਤਾਂ ਚਲੋ ਕਰਨਾ ਪੈਂਦਾ ਸੱਚ ਹੈ ਕਿ ਸਮਝੌਤਾ ਕਰਕੇ ਕੰਮ ਦੀ ਲਾਈਨ ਲੱਗ ਜਾਂਦੀ ਹੈ ਸਭ ਦਾ ਆਪਦਾ ਆਪਦਾ ਤਰੀਕਾ ਹੈ ਪਰ ਫਿਰ ਵੀ ਤੁਹਾਡੇ ਕੰਮ ਮੇਰਾ ਆਪਦਾ ਰਾਹ ਹੈ ਜਿਹੜਾ ਮੈਂ ਚੁਣਿਆ ਤੇ ਮੈਂ ਸਲੋ ਜਾ ਰਹੀ ਹਾਂ ਪਰ ਇਹ ਹੈ ਕਿ ਹਾਂ ਤੁਰੀ ਜਾਂਦੀ ਹਾਂ ਪਰ ਪ੍ਰੋਜੈਕਟ ਜਿਹੜੇ ਤੁਸੀਂ ਕੀਤੇ ਨੇ ਉਹ ਕਾਫੀ ਆਰਟਿਸਟਿਕ ਪ੍ਰੋਜੈਕਟ ਨੇ ਉਹ ਹਾਂ ਜਿੰਨੀ ਕੁ ਮੇਰੇ ਕੋਲ ਅਪਰੋਚ ਹੋਈ ਨਾ ਉਹ ਪਰਮਾਤਮਾ ਦੀ ਮਿਹਰ ਨਾਲ ਚੰਗਾ ਹੀ ਆਇਆ ਮੇਰੇ ਕੋਲ ਕੰਮ ਤੇ ਜਿਵੇਂ ਜਿਵੇਂ ਤੁਸੀਂ ਕਿਹਾ ਕੋਈ ਕੰਮ ਨਹੀਂ ਆਉਂਦਾ ਮੇਰੇ ਕੋਲ ਹੁਣ ਤਾਂ ਮੈਨੂੰ ਲੱਗਦਾ ਕਿ ਇਹ ਵੀ ਵਾਹਿਗੁਰੂ ਦੀ ਮਿਹਰ ਹੈ ਕਿ ਇਸ ਮਾਹੌਲ ਦੇ ਵਿੱਚ ਰਹਿ ਕੇ ਵੀ ਮੈਂ ਇੱਕ ਆਪਦਾ ਨਾਂ ਮੇਰਾ ਬਣ ਗਿਆ ਹਨਾ ਤਾਂ ਮੈਨੂੰ ਹੁੰਦਾ ਵੀ ਮੈਨੂੰ ਸ਼ੁਕਰਗੁਜ਼ਾਰ ਹੁੰਦੀ ਹਾਂ ਮੈਂ ਪਰਮਾਤਮਾ ਦੀ ਕਿ ਇਹ ਵੀ ਨਹੀਂ ਬਹੁਤ ਔਖਾ ਸੀ ਕਿਉਂਕਿ ਇਹ ਤਾਂ ਜਿਹੜੇ ਜਿਨ੍ਹਾਂ ਨੂੰ ਝੜੀ ਵੀ ਲੱਗੀ ਹੈ ਨਾ ਉਹਨਾਂ ਦਾ ਵੀ ਨਹੀਂ ਬਣਦਾ ਉਹ ਵੀ ਤਰਸਦੇ ਆ ਤਾਂ ਮੈਨੂੰ ਵਾਹਿਗੁਰੂ ਨੇ ਫਿਰ ਵੀ ਮੇਰੀ ਇੱਕ ਆਪਦੀ ਇੱਕ ਪਛਾਣ ਦਿੱਤੀ ਹੈ ਜਿਹੜੀ ਮੈਂ ਬਣਾ ਲਈ ਇੱਥੇ ਅਤੇ ਲੱਗਦਾ ਕਿ ਹੁਣ ਅਮਰ ਸਿੰਘ ਚਮਕੀਲਾ ਤੋਂ ਬਾਅਦ ਕੁਲ ਸਿੱਧੂ ਤੋਂ ਬੈਕ ਟੂ ਬੈਕ ਕੰਮ ਆਉਣਗੇ ਪਤਾ ਨਹੀਂ ਬਸ ਮੈਨੂੰ ਹੁੰਦਾ ਵੀ ਮੇਰਾ ਕੰਮ ਜਿਹੜਾ ਮੈਂ ਕਰਕੇ ਆਈ ਹਾਂ ਉਹ ਐਪਰੀਸ਼ੀਏਟ ਹੋਵੇ ਉਹ ਪਰਮਾਤਮਾ ਕਰਾਉਂਦਾ ਹਮੇਸ਼ਾ ਐਪਰੀਸ਼ੀਏਸ਼ਨ ਮੈਨੂੰ ਮਿਲੀ ਹੈ ਇਹ ਮੈਨੂੰ ਲੱਗਦਾ ਕਿ ਇਸ ਮਾਮਲੇ 'ਚ ਮੈਂ ਖੁਸ਼ਕਿਸਮਤ ਹਾਂ ਹੁਣ ਮੈਂ ਝੜੀ ਲੱਗੀ ਪਈ ਹੋਵੇ ਬਹੁਤ ਸਾਰੀਆਂ ਫਿਲਮਾਂ ਮੈਂ ਕਰੀਆਂ ਹੋਣ ਤੇ ਜ਼ਿਕਰ ਮੇਰਾ ਕਿਤੇ ਹੋਵੇ ਹੀ ਨਾ ਮੇਰੇ ਕੰਮ ਨੂੰ ਕੋਈ ਦੇਖੇ ਉਹ ਝੜੀ ਤੋਂ ਵੀ ਕੀ ਕਰਾਉਣਾ ਅੱਛਾ ਜਦੋਂ ਨਾ ਕੁਲ ਸਿੱਧੂ ਦਾ ਨਾਮ ਆਉਂਦਾ ਤਾਂ ਮੈਂ ਮਤਲਬ ਤੁਹਾਨੂੰ ਪਰਸਨਲੀ ਨਹੀਂ ਕਹਿ ਰਿਹਾ ਪਰ ਇਹ ਚੀਜ਼ਾਂ ਅਸੀਂ ਦੇਖਦੇ ਹਾਂ ਜੀ ਕਿ ਉਹ ਸਾਂਵਲੇ ਰੰਗ ਦੀ ਹੈ ਜੀ ਤੁਹਾਡੇ ਰੰਗ ਦੀ ਬਹੁਤ ਜ਼ਿਆਦਾ ਗੱਲ ਕੀਤੀ ਜਾਂਦੀ ਕਿ ਸ਼ਾਇਦ ਤਾਂ ਨਹੀਂ ਕੰਮ ਮਿਲਦਾ ਤੁਹਾਡਾ ਯੂਟਿਊਬ ਦਾ ਜਿਹੜਾ ਚੈਨਲ ਹੈ ਉੱਤੇ ਵੀ ਸਾਂਵਲੀ ਸਿੱਧੂ ਕਰਕੇ ਲਿਖਿਆ ਤੁਸੀਂ ਸ਼ਾਇਦ ਹਾਂ ਉਹਨੂੰ ਮੈਂ ਚਲਾਇਆ ਨਹੀਂ ਮੇਰੇ ਬਸ ਦੀ ਗੱਲ ਹੀ ਨਹੀਂ ਯੂਟਿਊਬ ਚੈਨਲ ਤੇ ਤੁਸੀਂ ਆਪ ਹੀ ਲਿਖਿਆ ਤਾਂ ਸਾਂਵਲੀ ਸਿੱਧੂ ਹਾਂ ਸਾਂਵਲੀ ਮੈਨੂੰ ਮੇਰਾ ਸਾਂਵਲੀ ਹੋਣਾ ਸੋਹਣਾ ਲੱਗਦਾ ਪਰ ਲੱਗਦਾ ਕਿ ਰੰਗ ਵੀ ਕਿਤੇ ਨਾ ਕਿਤੇ ਵਜ੍ਹਾ ਕੰਮ ਨਾ ਮਿਲਣ ਦੀ ਉਹ ਤਾਂ ਹੁਣ ਮੈਂ ਤਾਂ ਕੀ ਕਹਿ ਸਕਦੀ ਹਾਂ ਮੈਨੂੰ ਪਸੰਦ ਆ ਹੁਣ ਉਹ ਉਹਨਾਂ ਦੀ ਪ੍ਰੋਬਲਮ ਹੋਊਗੀ ਪਤਾ ਨਹੀਂ ਕੀ ਪਤਾ ਹੁਣ ਇਹੀ ਕਾਰਨ ਆ ਜਾਂ ਕਿਹੜਾ ਮੈਨੂੰ ਨਹੀਂ ਪਤਾ ਮੈਨੂੰ ਲੱਗਦਾ ਸ਼ਾਇਦ ਇੰਟਰੋਵਰਟ ਆ ਤੇ ਕਿਉਂਕਿ ਸਾਂਵਲੀਆਂ ਤਾਂ ਬਹੁਤ ਕੁੜੀਆਂ ਨੇ ਇੰਡਸਟਰੀ 'ਚ ਕੋਈ ਪ੍ਰੋਬਲਮ ਤਾਂ ਹੋਊਗੀ ਜਿਹੜੀ ਉਹਨਾਂ ਨੂੰ ਮੇਰੇ 'ਚ ਦਿਖਦੀ ਹੋਣੀ ਮੈਨੂੰ ਨਹੀਂ ਦਿਖਦੀ ਤੁਹਾਨੂੰ ਆਪ ਨਹੀਂ ਸਮਝਦਾ ਵੀ ਕੀ ਪ੍ਰੋਬਲਮ ਨਹੀਂ ਮੈਨੂੰ ਪਤਾ ਨਹੀਂ ਬਿਲਕੁਲ ਨਹੀਂ ਮੈਨੂੰ ਪਤਾ ਲੱਗਿਆ ਕਿ ਕੀ ਦਿੱਕਤ ਆ ਮੇਰੇ ਤੋਂ ਸਮਝ ਨਹੀਂ ਆਉਂਦੀ ਮੈਨੂੰ ਤੇ ਜਿਸ ਤਰ੍ਹਾਂ ਹੁਣ ਆਪਾਂ ਦਲਜੀਤ ਦੀ ਵੀ ਗੱਲ ਕੀਤੀ ਆ ਤੇ ਕਿਵੇਂ ਲੱਗਾ ਉਹਨਾਂ ਨਾਲ ਕੰਮ ਕਰਕੇ ਬਹੁਤ ਹੰਬਲ ਉਹ ਨਾ ਜਿਵੇਂ ਤੁਸੀਂ ਸੈੱਟ ਤੇ ਵੀ ਐਂਟਰ ਹੁੰਦੇ ਹੋ ਉਹ ਦਲਜੀਤ ਵੀ ਤੇ ਇਮਤਿਆਜ਼ ਸਰ ਵੀ ਉਹਨਾਂ ਤੁਹਾਡੇ ਤੋਂ ਪਹਿਲਾਂ ਤੁਹਾਨੂੰ ਵਿਸ਼ ਕਰ ਦਿੰਦੇ ਆ ਤੁਸੀਂ ਦੇਖੋ ਇੰਨਾ ਹੰਬਲ ਕੋਈ ਕਿਵੇਂ ਹੋ ਸਕਦਾ ਮਤਲਬ ਵੀ ਮੈਂ ਐਂਟਰ ਹੋਈ ਹਾਂ ਤੇ ਦਲਜੀਤ ਦੀ ਜੀ ਵੀ ਹੈ ਹੱਥ ਜੋੜ ਲੈਂਦੇ ਆ ਤੇ ਇਮਤਿਆਜ਼ ਸਰ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਕਰੋ ਹਨਾ ਵੀ ਇੰਨੇ ਵੱਡੇ ਬੰਦੇ ਇੰਨਾ ਮਤਲਬ ਵਡੱਪਣ ਕਿਉਂਕਿ ਨਹੀਂ ਉਹ ਨਹੀਂ ਵੀ ਬੁਲਾਉਣਗੇ ਅਸੀਂ ਤਾਂ ਬੁਲਾਉਣੀ ਹੈ ਨਾ ਉਹਨਾਂ ਨੂੰ ਅਸੀਂ ਤਾਂ ਵਿਸ਼ ਕਰਨਾ ਹੀ ਹੈ ਬਿਲਕੁਲ ਪਰ ਉਹ ਵੇਟ ਨਹੀਂ ਕਰਦੇ ਤੁਹਾਡੀ ਵਿਸ਼ ਦਾ ਵੀ ਇੰਨੇ ਕਮਾਲ ਦੇ ਬੰਦੇ ਆਪ ਹੀ ਸਭ ਤੋਂ ਪਹਿਲਾਂ ਯੈਸ ਤੇ ਜਿਸ ਦਿਨ ਫਿਲਮ ਦਾ ਸ਼ੂਟ ਕੰਪਲੀਟ ਵੀ ਹੋਇਆ ਨਾ ਤੇ ਮੈਂ ਇਮਤਿਆਜ਼ ਸਰ ਨੂੰ ਆਖਰੀ ਜਦੋਂ ਬਾਏ ਕਹਿ ਕੇ ਆਏ ਮੇਰੀਆਂ ਅੱਖਾਂ 'ਚ ਪਾਣੀ ਸੀ ਅੱਛਾ ਯੈਸ ਕਿੰਨੇ ਦਿਨ ਸੈੱਟ ਤੇ ਰਹੇ ਕਿੰਨੇ ਤੇ ਮੇਰੇ ਤੋਂ ਗੱਲ ਹੋਈ ਨਹੀਂ ਉਹਨਾਂ ਨਾਲ ਤੇ ਉਹਨਾਂ ਨੇ ਬਸ ਮੈਨੂੰ ਇਹਨਾਂ ਨੇ ਮੁੰਬਈ ਆਊਗੀ ਤੋਂ ਮਿਲਣਾ ਬਸ ਕਿਉਂਕਿ ਮੈਂ ਬੋਲ ਹੀ ਨਹੀਂ ਪਾਈ ਕੁਛ ਮੇਰੀਆਂ ਅੱਖਾਂ ਇੰਨਾ ਪਾਣੀ ਨਾਲ ਭਰੀਆਂ ਵੀ ਸੀ ਮੈਨੂੰ ਅੱਜ ਵੀ ਯਾਦ ਆ ਤੇ ਮੇਰੇ ਐਂ ਦੋਨੋਂ ਹੱਥ ਇਮਤਿਆਜ਼ ਸਰ ਨੇ ਆਏ ਫੜੇ ਮੈਂ ਮੁੰਬਈ ਆਊਗੀ ਤੋਂ ਮਿਲਣਾ ਉਹ ਵੀ ਕਿਤੇ ਨਾ ਕਿਤੇ ਭਾਵੁਕ ਸੀਗੇ ਹਾਂ ਉਹਨਾਂ ਨੂੰ ਫੀਲ ਇਮੋਸ਼ਨਲ ਤਾਂ ਹੈਗਾ ਹੀ ਨੇ ਨਾ ਉੱਧਰੋਂ ਪੈਕਅਪ ਸੀ ਉੱਧਰੋਂ ਦਲਜੀਤ ਉਹਨਾਂ ਨੇ ਜਾਣਾ ਸੀ ਉਹਨਾਂ ਦਾ ਪੈਕਅਪ ਇਸ ਕਰਕੇ ਉਹਨਾਂ ਨੂੰ ਉੱਧਰ ਦੀ ਵੀ ਕਾਹਲੀ ਸੀ ਤਾਂ ਵਿਚਾਰੇ ਫਟਾਫਟ ਕੇ ਮੁੰਬਈ ਆਊਗੀ ਤੋਂ ਮਿਲਣਾ ਤੇ ਕਿਉਂਕਿ ਫੀਲ ਤਾਂ ਸਮਝ ਹੀ ਰਹੇ ਹੋਣੇ ਨਾ ਤੇ ਉਹ ਫੀਲ ਇਸ ਲਈ ਵੱਧ ਆਇਆ ਕਿ ਅਸੀਂ ਇੱਥੇ ਵੀ ਵਿਚਰਦੇ ਹਾਂ
ਇੰਨਾ ਚੰਗਾ ਬੰਦਾ ਵੀ ਮੈਨੂੰ ਤੁਹਾਨੂੰ ਲੱਗਦਾ ਨਾ ਵੀ ਪਤਾ ਨਹੀਂ ਕਦੋਂ ਮਿਲਣਾ ਇਸ ਤੋਂ ਬਾਅਦ ਹੈ ਨਾ ਪਰਮਾਤਮਾ ਕਰੇ ਕੰਮ ਕਰੀਏ ਹੋਰ ਬਟ ਉਹ ਤਾਂ ਕਹਿ ਕੇ ਗਏ ਕਿ ਮਿਲੋ ਓਬਵੀਅਸਲੀ ਮੈਂ ਮੁੰਬਈ ਜਾਊਂਗੀ ਤੇ ਮੈਂ ਜ਼ਰੂਰ ਮਿਲ ਕੇ ਆਊਂਗੀ ਕਿਉਂਕਿ ਮੈਂ ਮੁੰਬਈ ਨਹੀਂ ਗਈ ਉਸ ਤੋਂ ਬਾਅਦ ਫਿਲਮ ਦੇ ਸ਼ੂਟ ਤੋਂ ਬਾਅਦ ਤੇ ਮੈਂ ਜਾਊਂਗੀ ਤੇ ਮੈਂ ਮਿਲ ਕੇ ਆਊਂਗੀ ਬਿਲਕੁਲ ਜੀ ਤੇ ਸ਼ੂਟ ਦੌਰਾਨ ਕੋਈ ਮਤਲਬ ਕਿ ਯਾਦ ਤੁਸੀਂ ਸਾਂਝੀ ਕਰ ਹੀ ਦਿੱਤੀ ਆ ਪਰ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਬਹੁਤ ਜ਼ਿਆਦਾ ਦਿਲ ਦੇ ਨੇੜੇ ਹੋਵੇ ਇਮਤਿਆਜ਼ ਅਲੀ ਦੇ ਨਾਲ ਜਾਂ ਦਿਲਜੀਤ ਦੋਸਾਂਝ ਦੇ ਨਾਲ ਮੇਰਾ ਨਾ ਫਰਸਟ ਡੇ ਸ਼ੂਟ ਸੀਗਾ ਜਦੋਂ ਸ਼ੂਟ ਸਟਾਰਟ ਹੋਇਆ ਜਿਸ ਦਿਨ ਫਿਲਮ ਦਾ ਤੇ ਫਰਸਟ ਡੇ ਮੇਰਾ ਸੀਗਾ ਸ਼ੂਟ ਤੇ ਮੁੰਬਈ ਸੀ ਮੇਰਾ ਜਦੋਂ ਸੀਨ ਅਸੀਂ ਸ਼ੂਟ ਕਰ ਰਹੇ ਸੀਗੇ ਨਾ ਤੇ ਤਕਰੀਬਨ ਉਹ ਸੀਨ ਨਾ ਮੇਰਾ ਹੀ ਹੈ ਤੇ ਮੈਨੂੰ ਇਮਤਿਆਜ਼ ਸਰ ਨੇ ਕਿਹਾ ਕਿ ਬਹੁਤ ਅੱਛੇ ਸੇ ਕਰਨਾ ਹੈ ਨਾ ਐਂ ਕਰਨਾ ਐਂ ਕਰਨਾ ਇੱਕ ਇੱਕ ਚੀਜ਼ ਸਮਝਾਉਂਦੇ ਸੀ ਬਹੁਤ ਬਰੀਕੀ ਨਾਲ ਜਦੋਂ ਉਹ ਸ਼ੋਟ ਹੋ ਗਿਆ ਤੇ ਦਿਲਜੀਤ ਜੀ ਨਾ ਮੇਰੇ ਕੋਲ ਆਏ ਔਰ ਹੈ ਨਾ ਇੱਦਾਂ ਹੱਥ ਕਰ ਬਹੁਤ ਅੱਛਾ ਕਰ ਰਹੇ ਹੋ ਤੁਸੀਂ ਅੱਛਾ ਆਪ ਯੈਸ ਹੁਣ ਤੁਸੀਂ ਦੇਖੋ ਉਹ ਨਹੀਂ ਵੀ ਆਉਂਦੇ ਤਾਂ ਚੱਲਦਾ ਕਿਉਂਕਿ ਉਹਨਾਂ ਨਾਲ ਉਹ ਮੈਨੂੰ ਨਹੀਂ ਵੀ ਕਹਿੰਦੇ ਮੈਂ ਕਿਹੜਾ ਸੋਚ ਕੇ ਬੈਠੀ ਸੀ ਕਿ ਮੇਰੇ ਕੋਲੇ ਦਿਲਜੀਤ ਜੀ ਆਉਣਗੇ ਤੇ ਕਹਿਣਗੇ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਇਹ ਜ਼ਰੂਰੀ ਨਹੀਂ ਸੀ ਨਾ ਮੈਂ ਇਹ ਸੋਚ ਕੇ ਗਈ ਸੀ ਇਹ ਇੱਕ ਚੰਗੇ ਬੰਦੇ ਦਾ ਬੜੱਪਣ ਆ ਹੈ ਨਾ ਜੀ ਕਿ ਤੁਸੀਂ ਦੂਜੇ ਆਰਟਿਸਟ ਨੂੰ ਆ ਕੇ ਕਹੋ ਕਿ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਇਸ ਗੱਲ ਨਾਲ ਮੇਰਾ ਕਿੰਨਾ ਹੌਸਲਾ ਵਧਿਆ ਜਾਂ ਮੇਰੇ ਮਨ 'ਚ ਕਿੰਨੀ ਇੱਜ਼ਤ ਆਈ ਕਿ ਯਾਰ ਗੱਲਾਂ ਹੀ ਨਹੀਂ ਸੁਣਦੇ ਮੇਰਾ ਪਹਿਲਾ ਦਿਨ ਸੀ ਕਿ ਯਾਰ ਸੱਚੀ ਜੇ ਪਰਮਾਤਮਾ ਨੇ ਇਸ ਬੰਦੇ ਨੂੰ ਇੰਨਾ ਕੁਛ ਬਖਸ਼ਿਆ ਤਾਂ ਕੋਈ ਗੱਲ ਹੈ ਕੋਈ ਗੱਲ ਹੈ ਨਾ ਵੈਸੇ ਹੀ ਨਹੀਂ ਵੀ ਕਹਿੰਦੇ ਠੀਕ ਹੈ ਇੱਥੇ ਅਸੀਂ ਕੰਮ ਕਰਦੇ ਹਾਂ ਚਮਕੀਲੇ ਦੀ ਪਹਿਲੀ ਵਾਈਫ ਦਾ ਤੁਸੀਂ ਨਾ ਟ੍ਰੇਲਰ ਦੇ ਵਿੱਚ ਦਿਸੇ ਨਾ ਤੁਹਾਡਾ ਕਿਤੇ ਨਾਮ ਹਲੇ ਤੱਕ ਸਾਨੂੰ ਦੇਖਣ ਨੂੰ ਮਿਲਿਆ ਉਹ ਤੁਸੀਂ ਪੋਸਟ ਪਾਈ ਤੁਹਾਡੀ ਇੱਕ ਕੰਟਰੋਵਰਸੀ ਗੱਲ ਹੋਈ ਜਿਹੜਾ ਤੁਸੀਂ ਸਾਹਮਣੇ ਆਏ ਉਦੋਂ ਪਤਾ ਲੱਗਾ ਕਿ ਹਾਂ ਕਿ ਕੁਲ ਸਿੱਧੂ ਵੀ ਇਸ ਫਿਲਮ ਦਾ ਹਿੱਸਾ ਹੈ ਓਕੇ ਪਰ ਜੇ ਆਪਾਂ ਕਮਰਸ਼ੀਅਲੀ ਦੇਖੀਏ ਤਾਂ ਉਹ ਚੀਜ਼ ਸਾਹਮਣੇ ਨਹੀਂ ਆਈ ਤੁਹਾਡੀ ਇੱਕ ਨਾ ਮੇਰੀ ਆਦਤ ਆ ਮੈਂ ਪਹਿਲੀ ਗੱਲ ਤਾਂ ਮੈਨੂੰ ਆਪਦੀ ਮਸ਼ਹੂਰੀ ਆਪ ਕਰਨੀ ਨਹੀਂ ਆਉਂਦੀ ਹੈ ਨਾ ਮੇਰੀ ਕੋਲ ਸੋਸ਼ਲ ਮੀਡੀਆ ਤੋਂ ਦੂਰ ਹਾਂ ਸੋਸ਼ਲ ਮੀਡੀਆ ਤੇ ਹੈਗੀ ਆ ਪਰ ਮੈਂ ਨਾ ਜਦੋਂ ਤੱਕ ਮੇਰਾ ਕੰਮ ਨਹੀਂ ਆਉਂਦਾ ਮੈਂ ਨਾ ਫੋਟੋਆਂ ਪਾਉਂਦੀ ਹਾਂ ਹੈ ਨਾ ਨਾ ਹੀ ਮੈਂ ਇੱਦਾਂ ਕਿ ਸੈੱਟ 'ਤੇ ਫੋਨ ਮੈਂ ਇਕੱਲੀ ਜਾਂਦੀ ਹਾਂ ਮੇਰਾ ਫੋਨ ਮੇਰੀ ਵੈਨਿਟੀ 'ਚ ਅੰਦਰ ਆਫ ਹੋ ਕੇ ਪਿਆ ਹੁੰਦਾ ਕਿਉਂ ਮੈਂ ਸੈੱਟ 'ਤੇ ਆਪਦਾ ਕੰਮ ਕਰ ਮੈਨੂੰ ਲੱਗਦਾ ਮੈਂ ਆਪਦਾ ਸ਼ੋਟ ਚੰਗਾ ਦੇਣਾ ਫੋਟੋਆਂ ਥੋੜ੍ਹੀ ਮੈਂ ਖਿੱਚਣੀਆਂ ਨੇ ਮੇਰੇ ਕੋਲ ਤੁਸੀਂ ਮੰਨੋਗੇ ਮੇਰੇ ਕੋਲ ਇਸ ਵੇਲੇ ਇੱਕ ਸਿੰਗਲ ਫੋਟੋ ਨਹੀਂ ਪੋਸਟ ਕਰਨ ਨੂੰ ਚਮਕੀਲੇ ਦੇ ਸੈੱਟ ਜੀ ਜਿਹੜੀ ਫੋਟੋ ਮੈਂ ਪਾਈ ਹੈ ਨਾ ਉਹ ਫੋਟੋ ਵੀ ਮੇਰੇ ਲੁੱਕ ਟੈਸਟ ਹੋਏ ਸੀ ਜਿਸ ਵੇਲੇ ਉਹ ਉਦੋਂ ਦੀ ਹੈ ਜਿਹੜੀ ਮੈਂ ਆਪ ਐਂ ਖਿੱਚੀ ਸੀ ਆਪਦੀ ਲੁੱਕ ਦੀ ਬਸ ਹੋਵੇ ਬੰਦਾ ਜਿਹੜਾ ਮੇਰੀਆਂ ਫੋਟੋਆਂ ਖਿੱਚ ਲੇ ਪਰ ਇੱਥੇ ਤਾਂ ਲੋਕ ਜਿਹਨਾਂ ਨੂੰ ਐਕਟਿੰਗ ਦਾ ਇਹ ਵੀ ਨਹੀਂ ਪਤਾ ਉਹ ਵੀ ਇੰਸਟਾਗ੍ਰਾਮ ਤੋਂ ਰੀਲਾਂ ਬਣਾ ਬਣਾ ਕੇ ਇਸ ਤਰ੍ਹਾਂ ਵਾਇਰਲ ਹੋਏ ਤਾਂ ਉਹਨਾਂ ਨੂੰ ਕੰਮ ਮਿਲਦਾ ਪਿਆ ਕੋਸ਼ਿਸ਼ ਕਰੂੰਗੀ ਅਗਲੀ ਵਾਰ ਤੁਸੀਂ ਦੇਖੋ ਨਾ ਮਤਲਬ ਐਡਾ ਵੱਡਾ ਮੌਕਾ ਵੀ ਤੁਸੀਂ ਆਪਦਾ ਫੋਨ ਪਰਸ ਚ ਬੰਦ ਕਰਕੇ ਸ਼ੂਟ ਕਰਕੇ ਘਰ ਨੂੰ ਆ ਬਿਲਕੁਲ ਤੁਸੀਂ ਕੁਛ ਤੁਸੀਂ ਫੋਟੋਜ਼ ਨਹੀਂ ਕਲਿੱਕ ਕਰਦੇ ਕੁਛ ਨਹੀਂ ਕਰਦੇ ਮੇਰੇ ਕੋਲ ਤੁਸੀਂ ਮੰਨੋਗੇ ਮੇਰੇ ਕੋਲ ਇਮਤਿਆਜ਼ ਸਰ ਦੀ ਪਿਕਚਰ ਵੀ ਉਦੋਂ ਦੀ ਹੈ ਜਦੋਂ ਮੈਂ ਉਹਨਾਂ ਨਾਲ ਫਸਟ ਮੀਟਿੰਗ ਕਰਨ ਗਈ ਸੀ ਸੈੱਟ ਤੇ ਯੈਸ ਸੈੱਟ ਤੇ ਮੇਰੇ ਕੋਲ ਕੋਈ ਫੋਟੋ ਨਹੀਂ ਕਿਉਂਕਿ ਮੈਂ ਖਿੱਚੀ ਨਹੀਂ ਮੇਰੇ ਕੋਲ ਫੋਨ ਹੀ ਨਹੀਂ ਸੀ ਹੁੰਦਾ ਫਿਰ ਤੁਸੀਂ ਆਪਣਾ ਘਾਟਾ ਸ਼ਾਇਦ ਆਪ ਕਰਾਉਂਦੇ ਨਹੀਂ ਦੇਖਿਆ ਜਾਵੇ ਤਾਂ ਮੈਂ ਆਪਦੇ ਕੰਮ ਪ੍ਰਤੀ ਬਹੁਤ ਇਮਾਨਦਾਰ ਹਾਂ ਮੈਂ ਬਿਲਕੁਲ ਸਹੀ ਹਾਂ ਕਿ ਮੇਰੇ ਫੋਨ ਦਾ ਉੱਥੇ ਕੋਈ ਕੰਮ ਨਹੀਂ ਮੈਂ ਉੱਥੇ ਆਪਦਾ ਕੰਮ ਕਰਨ ਜਾਣਾ ਤੇ ਮੈਂ ਆਪਦਾ ਕੰਮ ਬਹੁਤ ਸ਼ਿੱਦਤ ਨਾਲ ਕਰਕੇ ਆਉਂਦੀ ਹਾਂ ਤੇ ਮੈਨੂੰ ਹੁੰਦਾ ਕਿ ਠੀਕ ਹੈ ਯਾਰ ਫਿਲਮ 'ਚ ਦਿਖ ਜੂਗਾ ਬਾਕੀ ਤੁਸੀਂ ਟ੍ਰੇਲਰ ਦੀ ਗੱਲ ਕੀਤੀ ਟ੍ਰੇਲਰ ਉਹ ਗੱਲ ਡਾਇਰੈਕਟਰ 'ਤੇ ਹੁੰਦੀ ਹੈ ਕਿ ਉਹਨਾਂ ਨੇ ਕਿਸ ਉਹਦੇ ਨਾਲ ਟ੍ਰੇਲਰ ਕੱਟਿਆ ਹੈ ਨਾ ਵੀ ਉਹਨਾਂ ਨੇ ਮਿਊਜ਼ੀਕਲੀ ਹੀ ਜਰਨੀ ਦਿਖਾਈ ਹੈ ਨਾ ਕਿਵੇਂ ਕਿਵੇਂ ਸੋਚਦੇ ਸੀ ਫੈਮਿਲੀ ਇਨਵੋਲਵ ਨਹੀਂ ਹੈਗੀ ਉਹਦੇ ਵਿੱਚ ਕਿਤੇ ਵੀ ਜੋ ਵੀ ਤੁਸੀਂ ਦੇਖਿਆ ਵੀ ਬੋਲਦੇ ਆ ਹੈ ਨਾ ਤੇ ਮੈਂ ਇਹ ਉਮੀਦ ਵੀ ਨਹੀਂ ਲਾ ਕੇ ਬਹਿੰਦੀ ਹੁੰਦੀ ਕਿ ਮੈਂ ਟ੍ਰੇਲਰ 'ਚ ਦੇਖੂੰਗੀ ਟ੍ਰੇਲਰ ਦਾ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਟ੍ਰੇਲਰ 'ਚ ਦੇਖੋ ਤਾਂ ਹੀ ਇੰਪੋਰਟੈਂਟ ਹੋ ਹੈ ਨਾ ਉਹਨਾਂ ਦੀ ਫਸਟ ਵਾਈਫ ਹੈ ਉਹ ਇੰਪੋਰਟੈਂਟ ਹੈ
ਭਾਵੇਂ ਇੱਕ ਸੀਨ ਹੀ ਹੋਵੇ ਕੱਲ ਗੁਰਮੇਲ ਜੀ ਆਈ ਸੀ ਗੁਰਮੇਲ ਜੀ ਦੀਆਂ ਸਾਰੀਆਂ ਯੂਟਿਊਬ ਤੇ ਆਪਦੇ ਉਹ ਤੋਂ ਪਹਿਲਾਂ ਤੇ ਬਾਕੀ ਫਿਰ ਸਾਰਾ ਕੁਛ ਇਮਤਿਆਜ਼ ਸਰ ਨੇ ਜਿਵੇਂ ਕਰਾਉਣਾ ਦੱਸਤਾ ਸੀ ਤੇ ਹੁਣ 12 ਅਪ੍ਰੈਲ ਨੂੰ ਦੇਖਾਂਗੇ ਕਿ ਫਿਲਮ ਲੋਕਾਂ ਨੂੰ ਕਿਵੇਂ ਦੀ ਲੱਗਦੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲੋਕਾਂ ਨੇ ਪਹਿਲਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਵੱਲੋਂ ਤੁਹਾਨੂੰ ਸ਼ੁਭੇਚਛਾਵਾਂ ਥੈਂਕ ਯੂ ਤੇ ਜਾਣ ਤੋਂ ਪਹਿਲਾਂ ਕੋਈ ਸੁਨੇਹਾ ਬਸ ਕੁਛ ਨਹੀਂ ਮੈਂ ਆਹੀ ਕਹਿਣਾ ਚਾਹੂੰਗੀ ਕਿ 12 ਅਪ੍ਰੈਲ ਨੂੰ ਫਿਲਮ ਆ ਰਹੀ ਹੈ ਉਹ ਵੇਖੋ ਕੁਛ ਵੇਖ ਕੇ ਡਿਸਾਈਡ ਕਰੀਦਾ ਹੁੰਦਾ ਜੀ ਬਾਕੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਮੈਂ ਇੱਕ ਐਕਟਰੈਸ ਹਾਂ ਮੈਨੂੰ ਲੱਗਦਾ ਕਿ ਮੈਂ ਇਸੇ ਕੰਮ ਲਈ ਜੰਮੀ ਸੀ ਮੈਂ ਇਹੀ ਕਰਨਾ ਮੈਂ ਅੱਗੇ ਵੀ ਇਹੀ ਕਰਦੇ ਰਹਿਣਾ ਕਿਸੇ ਦੇ ਵਿਰੋਧ ਦਾ ਮੇਰੇ 'ਤੇ ਅਸਰ ਨਹੀਂ ਹੋ ਸਕਦਾ ਜੀ ਕਿਉਂਕਿ ਮੈਂ ਇਹੀ ਕੰਮ ਕਰਨਾ ਇਹੀ ਮੇਰਾ ਧਰਮ ਆ ਮੈਂ ਬਹੁਤ ਸ਼ਿੱਦਤ ਨਾਲ ਕਰਦੀ ਹਾਂ ਅਤੇ ਮੈਂ ਮੇਰੇ ਕੰਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਇਹਨੂੰ ਆਪਾਂ ਕਹਿ ਦਈਏ ਨੇਮ ਫੇਮ ਪੈਸੇ ਉਹ ਮੇਰੇ ਲਈ ਸੈਕੰਡਰੀ ਆ ਜੀ ਮੇਰੇ ਲਈ ਕੰਮ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ 'ਚ ਹੀ ਮੈਨੂੰ ਖੁਸ਼ੀ ਮਿਲਦੀ ਹੈ ਇਸ ਤੋਂ ਬਿਨਾਂ ਮੈਨੂੰ ਕੁਛ ਆਉਂਦਾ ਹੀ ਨਹੀਂ ਮੈਂ ਕੀ ਕਰਾਂ ਅਮਰ ਸਿੰਘ ਚਮਕੀਲਾ ਬਾਰੇ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਕਿਰਦਾਰ ਕਿਸ ਤਰੀਕੇ ਦਾ ਤੇ ਕਿੱਦਾਂ ਆ ਤੇ ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ।